ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਸੁਨੀਪੋਕਰ ਲਰਨਿੰਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਨਿਊ ਲੈਸਨ ਐਂਡ ਇਹ ਲੈਸਨ ਰਿਲੇਟਡ ਹੈਗਾ ਇਨਫਲੇਸ਼ਨ ਦੇ ਸੋ ਇਸ ਲੈਸਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਇਨਫਲੇਸ਼ਨ ਦੀਆਂ ਵੇਰੀਅਸ ਟਾਈਪਸ ਦੇ ਬਾਰੇ ਇਨਫਲੇਸ਼ਨ ਕਿਉਂ ਹੁੰਦੀ ਹੈ ਐਂਡ ਇਨਫਲੇਸ਼ਨ ਦੇ ਜੋ ਵੇਰੀਅਸ ਇੰਡੈਕਸਸ ਨੇ ਉਹਨਾਂ ਬਾਰੇ ਵੀ ਆਪਾਂ ਟੂ ਪੇਪਰ ਦੇ ਪੁਆਇੰਟ ਆਫ ਯੂ ਤੋਂ ਜ਼ਰੂਰੀ ਨੇ ਉਹਨਾਂ 'ਤੇ ਡਿਸਕਸ ਕਰਾਂਗੇ ਸੋ ਫਸਟ ਆਫ ਆਲ ਦੇਖਦੇ ਇਨਫਲੇਸ਼ਨ ਕੀ ਹੁੰਦੀ ਹੈ ਇਨਫਲੇਸ਼ਨ ਇਜ਼ ਅ ਸਸਟੇਨਡ ਰਾਈਜ਼ ਇਨ ਜਨਰਲ ਪ੍ਰਾਈ ਲੈਵਲ ਆਫ ਪ੍ਰਾਈਸਿਸ ਦੇਖੋ ਇਹਦੇ ਦੋ ਚੀਜ਼ਾਂ ਇੰਪੋਰਟੈਂਟ ਨੇ ਜੀ ਇੱਕ ਦਾ ਸਸਟੇਨਡ ਐਂਡ ਜਨਰਲ ਲੈਵਲ ਆਫ ਪ੍ਰਾਈਸਿਸ ਦੇਖੋ ਸਸਟੇਨਡ ਦਾ ਮੀਨਿੰਗ ਕੀ ਹੁੰਦਾ ਫਸਟ ਆਫ ਆਲ ਤਾਂ ਮੈਂ ਦੇਖੋ ਤੁਹਾਨੂੰ ਦੱਸਣਾ ਚਾਹ ਰਿਹਾ ਇਨਫਲੇਸ਼ਨ ਦਾ ਪੰਜਾਬੀ ਦੇ ਵਿੱਚ ਮੀਨਿੰਗ ਹੁੰਦਾ ਮਹਿੰਗਾਈ ਜੋ ਆਪਾਂ ਰੋਜ਼ ਮਰਦ ਜ਼ਿੰਦਗੀ ਚ ਸੁਣਦੇ ਰਹਿੰਦੇ ਆ ਕਿ ਪੈਟਰੋਲ ਐਨਰਪੇ ਵਧ ਗਿਆ ਜਾਂ ਖਾਣ ਪੀਣ ਚੀਜ਼ਾਂ ਇੰਨੀਆਂ ਵੱਧ ਰਹੀਆਂ ਜਾਂ ਡੇਲੀ ਆਪਾਂ ਨਿਊਜ਼ ਦੇ ਵਿੱਚ ਸੁਣਦੇ ਰਹਿੰਦੇ ਆ ਕਿ ਜਿਹੜੀ ਮਹਿੰਗਾਈ ਆ ਉਹ 6 ਤੋਂ ਲੈ ਕੇ 7% ਦੇ ਨੇੜੇ ਹੋਈ ਪਈ ਆ ਤੇ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਪਈ ਆ ਕਿ ਬਹੁਤ ਜ਼ਿਆਦਾ ਮਹਿੰਗਾਈ ਹੋ ਚੁੱਕੀ ਐ ਸੋ ਉਸੇ ਮਹਿੰਗਾਈ ਦੇ ਬਾਰੇ ਆਪਾਂ ਦੇਖਦੇ ਆ ਦੁਬਾਰਾ ਦੇਖਦੇ ਆਂ ਆਪਾਂ ਮਹਿੰਗਾਈ ਹੁੰਦੀ ਐ ਸਸਟੇਨਡ ਰਾਈਜ਼ ਇਨ ਜਨਰਲ ਲੈਵਲ ਆਫ ਪ੍ਰਾਈਸਿਸ ਦੇਖੋ ਸਸਟੇਂਡ ਦਾ ਮੀਨਿੰਗ ਕੀ ਹੁੰਦਾ ਕਿ ਉਹ ਪ੍ਰਾਈਸ ਜਿਹੜੇ ਕਿ ਲਗਾਤਾਰ ਫਾਰ ਅ ਲੌਂਗ ਪੀਰੀਅਡ ਆਫ ਟਾਈਮ ਵਧ ਰਹੇ ਆ ਲੌਂਗ ਪੀਰੀਅਡ ਆਫ ਟਾਈਮ ਇਟ ਮੀਨਸ ਇਹ ਨਹੀਂ ਹੈਗਾ ਕਿ ਅੱਜ ਪ੍ਰਾਈਸ ਵਧਿਆ ਕੱਲ ਨੂੰ ਫੇਰ ਘਟ ਗਿਆ ਪਰਸੋਂ ਵਧਿਆ ਫੇਰ ਫੇਰ ਘਟ ਗਿਆ ਇਟ ਮੀਨਸ ਕਿ ਪ੍ਰਾਈਸ ਜਿਹੜੇ ਹੈਗੇ ਆ ਉਹ ਲਗਾਤਾਰ ਫਾਰ ਅ ਲੌਂਗ ਪੀਰੀਅਡ ਆਫ ਟਾਈਮ ਵਧ ਰਹੇ ਆ ਜਿਹੜਾ ਇਥੇ ਜਨਰਲ ਲੈਵਲ ਆਫ ਪ੍ਰਾਈਸਿਸ ਦਾ ਮੀਨਿੰਗ ਹੈ ਕਿ ਪ੍ਰਾਈਸ ਕਿਸੇ ਇੱਕ ਜਾਂ ਦੋ ਕਾਮੋਡਿਟੀਜ਼ ਦਾ ਨਹੀਂ ਵਧ ਰਿਹਾ ਇਟ ਮੀਨਸ ਕਿ ਜਿਹੜਾ ਪ੍ਰਾਈਸ ਹੈ ਉਹ ਮੋਸਟ ਆਫ ਦੀ ਜਿਹੜੀਆਂ ਥਿੰਗਸ ਹੈਗੀਆਂ ਉਹਨਾਂ ਦਾ ਵਧ ਰਿਹਾ ਸੋ ਜਦੋਂ ਆਪਾਂ ਡੀਫਲੇਸ਼ਨ ਦੀ ਗੱਲ ਕਰਦੇ ਆ ਜੀ ਡੀਫਲੇਸ਼ਨ ਦਾ ਮੀਨਿੰਗ ਹੁੰਦਾ ਕਿ ਜਨਰਲ ਲੈਵਲ ਆਫ ਪ੍ਰਾਈਸ ਦੇ ਵਿੱਚ ਫਾਲ ਹੋਣਾ ਸਸਟੇਨਡ ਫਾਲ ਹੋਣਾ ਜਨਰਲ ਲੈਵਲ ਆਫ ਪ੍ਰਾਈਸਿਸ ਦੇ ਵਿੱਚ ਅੱਗੇ ਗੱਲ ਕਰਦੇ ਆ ਆਪਾਂ ਡਿਸ ਇਨਫਲੇਸ਼ਨ ਦੀ ਡਿਸ ਇਨਫਲੇਸ਼ਨ ਦਾ ਮੀਨਿੰਗ ਕੀ ਹੈ ਡਿਕਰੀਜ਼ ਇਨ ਰੇਟ ਆਫ ਇਨਫਲੇਸ਼ਨ ਦੇਖੋ ਡੀਫਲੇਸ਼ਨ ਐਂਡ ਡਿਸ ਇਨਫਲੇਸ਼ਨ ਦੇ ਕਨਸੈਪਟ ਨੂੰ ਤੁਸੀਂ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਲੈਣਾ ਬਿਕੋਜ਼ ਪੇਪਰ ਦੇ ਵਿੱਚ ਤੁਹਾਨੂੰ ਘੁਮਾ ਫਿਰਾ ਕੇ ਇਹਨਾਂ ਦੋਨਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਸੋ ਡਿਸ ਇਨਫਲੇਸ਼ਨ ਦੇ ਟੌਪਿਕ ਨੂੰ ਦੇਖੋ ਇਸ ਤਰ੍ਹਾਂ ਸਮਝੋ ਦੇਖੋ ਪਹਿਲਾਂ ਮਹਿੰਗਾਈ ਸੀ 100 ਰੁਪਏ ਕਿਸੇ ਚੀਜ਼ ਦਾ ਪ੍ਰਾਈਸ 100 ਰੁਪਏ ਸੀ ਸੋ ਉਹਦਾ ਪ੍ਰਾਈਸ 2 ਮਹੀਨਿਆਂ ਬਾਅਦ ਵਧ ਕੇ ਹੋ ਗਿਆ 200 ਰੁਪਏ ਇੱਥੇ ਮੀਨਸ ਇੱਥੇ ਪ੍ਰਾਈਸ ਦੇਖੋ ਕਿੰਨਾ ਇਨਕਰੀਜ਼ ਹੋਇਆ 100% ਥੋੜੇ ਟਾਈਮ ਬਾਅਦ ਜਿਹੜਾ ਪ੍ਰਾਈਸ ਆ ਉਹ ਇਨਕਰੀਜ਼ ਹੋ ਕੇ ਫਿਰ ਕਿੰਨਾ ਹੋ ਗਿਆ 250 ਦੇਖੋ ਪ੍ਰਾਈਸ ਇਨਕਰੀਜ਼ ਕਰ ਰਿਹਾ ਹੈ ਲੇਕਿਨ ਪ੍ਰਾਈਸ ਇੱਥੇ ਕਿੰਨੇ ਨਾਲ ਇਨਕਰੀਜ਼ ਹੋਇਆ 50 ਰੁਪਏ ਨਾਲ ਸੋ ਜਦੋਂ ਆਪਾਂ ਇਹਦਾ ਪਰਸੈਂਟ ਕੱਢ ਕੇ ਦੇਖਦੇ ਹਾਂ 50 ਓਵਰ 200 ਇੰਟੂ 100 ਸੋ ਜਦੋਂ ਆਪਾਂ ਦੇਖਦੇ ਤਾਂ ਇੱਥੇ ਪ੍ਰਾਈਸ ਕਿੰਨਾ ਇਨਕਰੀਜ਼ ਹੋਇਆ ਜੀ 25% ਦੇਖੋ ਪ੍ਰਾਈਸ ਇਨਕਰੀਸ ਹੋਇਆ ਲੇਕਿਨ ਪ੍ਰਾਈਸ ਦੇ ਇਨਕਰੀਸ ਹੋਣ ਦੀ ਜਿਹੜੀ ਰੇਟ ਆ ਉਹ ਕੀ ਹੋਈ ਹੈ ਡਿਕਰੀਸ ਹੋਈ ਹੈ ਸੋ ਥਿਸ ਸਿਚੁਏਸ਼ਨ ਇਸ ਕਾਲਡ ਡਿਸ ਇਨਫਲੇਸ਼ਨ ਨੈਕਸਟ ਵਨ ਹੈਗਾ ਜੀ ਕੋਰ ਇਨਫਲੇਸ਼ਨ ਕੋਰ ਇਨਫਲੇਸ਼ਨ ਦਾ ਮੀਨਿੰਗ ਕੀ ਹੁੰਦਾ ਪ੍ਰਾਈਸ ਰਾਈਜ਼ ਹੋਣਾ ਬਟ ਉਰੇ ਚ ਐਕਸਕਲੂਡ ਕੀਤਾ ਜਾਂਦਾ ਫੂਡ ਨੂੰ ਐਂਡ એનર્ਜੀ ਨਾਲ ਰਿਲੇਟਡ ਜਿਹੜੀਆਂ ਆਈਟਮਸ ਹੁੰਦੀਆਂ ਉਹਨਾਂ ਨੂੰ ਨੈਕਸਟ ਆਪਾਂ ਟਾਈਪਸ ਦੀ ਗੱਲ ਕਰਦੇ ਹਾਂ ਜੀ ਕਿ ਲੋਅ ਔਰ ਕ੍ਰੀਪਿੰਗ ਇਨਫਲੇਸ਼ਨ ਲੋ ਇਨਫਲੇਸ਼ਨ ਉਹ ਹੁੰਦੀ ਹੈ ਜੋ ਲੋਅਰ ਰੇਟਸ ਤੇ ਹੁੰਦੀ ਹੈ ਲੋਅਰ ਰੇਟਸ ਦਾ ਮੀਨਿੰਗ ਕੀ ਹੈ ਕਿ ਪ੍ਰਾਈਸ 1% ਵਧ ਗਿਆ ਪ੍ਰਾਈਸ 2% ਵਧ ਗਿਆ ਪ੍ਰਾਈਸ 3% ਵਧ ਗਿਆ ਜਸਟ ਮਤਲਬ ਕਿ ਥੋੜੇ ਥੋੜੇ ਰੇਟਸ ਨਾਲ ਦਾ ਪ੍ਰਾਈਸ ਹੋ ਇਨਕਰੀਜ਼ ਹੋ ਰਿਹਾ ਅੱਗੇ ਅੱਗੇ ਜੀ ਗੈਲੂਪਿੰਗ ਇਨਫਲੇਸ਼ਨ ਉਹ ਇਨਫਲੇਸ਼ਨ ਜਿਹੜੀ ਡਬਲ ਡਿਜੀਟਸ ਦੇ ਵਿੱਚ ਹੁੰਦੀ ਹੈ ਲਾਈਕ ਇਨ 10% ਦਾ ਪ੍ਰਾਈਸ ਇਨਕਰੀਜ਼ ਕਰ ਰਿਹਾ 11% ਨਾਲ ਇਨਕਰੀਸ ਕਰ ਰਿਹਾ ਹੈ ਜਾਂ 12% ਇਨਕਰੀਸ ਕਰ ਰਿਹਾ ਹੈ ਤਾਂ ਡਬਲ ਡਿਜੀਟਸ ਦੇ ਵਿੱਚ ਪ੍ਰਾਈਸ ਪਹੁੰਚ ਜਾਂਦਾ दैट इज कॉल्ड ਐਲੋਪਿੰਗ ਇਨਫਲੇਸ਼ਨ ਹਾਈਪਰ ਇਨਫਲੇਸ਼ਨ ਦੇਖੋ ਹਾਈਪਰ ਇਨਫਲੇਸ਼ਨ ਉਹ ਸਿਚੁਏਸ਼ਨ ਹੁੰਦੀ ਹੈ ਜਦੋਂ ਇਨਫਲੇਸ਼ਨ ਬਹੁਤ ਜ਼ਿਆਦਾ ਪਰਸੈਂਟੇਜ ਦੇ ਵਿੱਚ ਵੱਧ ਜਾਂਦੀ ਹੈ ਜਿਵੇਂ ਕਿ ਪਿੱਛੇ ਜੇ ਵੈਨੇਜ਼ਵੇਲਾ ਦੇਖਿਆ ਗਿਆ ਸੀ ਵੈਨੇਜ਼ਵੇਲਾ ਦੇ ਵਿੱਚ ਕੀ ਸੀਗਾ ਕਿ 1 ਕਿਲੋ ਰਾਈਸ ਲੈਣ ਦੇ ਲਈ ਉਥੋਂ ਦੀ ਜਿਹੜੀ ਕਰੰਸੀ ਆ ਉਹ ਨੀਅਰਲੀ 1 ਲੱਖ ਦੇ ਵਿੱਚ ਦੇਣੀ ਪੈਂਦੀ ਸੀ ਜਿਵੇਂ ਆਪਾਂ ਮੰਨ ਲਈਏ ਕਿ ਇੱਥੇ ਆਪਾਂ ਨੂੰ 1 ਕਿਲੋ ਚੌਲ ਲੈਣ ਦੇ ਲਈ 1 ਲੱਖ ਰੁਪਏ ਦੇਣਾ ਪਵੇ ਐਸ ਦਰ ਦੇ ਨਾਲ ਜਿਹੜੀ ਇਨਫਲੇਸ਼ਨ ਸੀ ਉਹ ਵੈਨੇਜ਼ੂਏਲਾ ਦੇ ਵਿੱਚ ਹੋ ਚੁੱਕੀ ਸੀ ਸੋ ਦੈਟ ਟਾਈਪ ਆਫ ਇਨਫਲੇਸ਼ਨ ਇਸ ਕਾਲਡ ਹਾਈਪਰ ਇਨਫਲੇਸ਼ਨ ਨੈਕਸਟ ਹੈਗਾ ਜੀ ਇਨਫਲੇਸ਼ਨ ਸਪਾਇਰਲ ਇਨਫਲੇਸ਼ਨ ਸਪਾਇਰਲ ਦੇਖੋ ਕੀ ਹੁੰਦਾ ਜਦੋਂ ਵੇਜ ਵੇਜ ਦੇ ਵਿੱਚ ਇੰਝ ਸੌਣ ਦੇ ਨਾਲ ਪਰ ਪ੍ਰਾਈਸ ਦੇ ਵਿੱਚ ਚੇਂਜ ਹੁੰਦਾ ਸੋ ਦੈਟ ਸਿਚੁਏਸ਼ਨ ਇਜ਼ ਕਾਲਡ ਇਨਫਲੇਸ਼ਨ ਸਪਾਇਰਲ ਦੇਖੋ ਪਹਿਲਾਂ ਤਾਂ ਕਨਸੈਪਟ ਨੂੰ ਸਮਝੋ ਇਨਫਲੇਸ਼ਨ ਦੇ ਨੂੰ ਜਦੋਂ ਦੇਖੋ ਤੁਹਾਡੇ ਕੋਲੇ ਪੈਸਾ ਵੱਧ ਹੋਊਗਾ ਤਾਂ ਤੁਸੀਂ ਕੀ ਕਰੋਗੇ ਚੀਜ਼ਾਂ ਦੀ ਜ਼ਿਆਦਾ ਡਿਮਾਂਡ ਕਰੋਗੇ ਜੇਕਰ ਤੁਸੀਂ ਅੱਜ 10 ਰੁਪਏ ਦੀ ਚੀਜ਼ ਨਾ ਸਾਰ ਰਹੇ ਹੋ ਜੇਕਰ ਤੁਹਾਡੇ ਕੋਲੇ ਮਨੀ ਜ਼ਿਆਦਾ ਆਉਂਦੀ ਆ 100 ਰੁਪਏ ਆ ਜਾਂਦਾ ਤਾਂ ਤੁਸੀਂ ਉਹ ਜਿਹੜੀ 10 ਰੁਪਏ ਦੀ ਚੀਜ਼ ਹੈਗੀ ਆ ਉਹਦੀ ਕੁਆਂਟੀਟੀ ਜ਼ਿਆਦਾ ਕਰ ਦੋਗੇ। ਜਾਂ ਤੁਸੀਂ ਇਹ ਕਰੋਗੇ ਜੇਕਰ ਤੁਸੀਂ 10 ਰੁਪਏ ਦੀ ਕੋਈ ਚੀਜ਼ ਅਨਸਾਰਦੇ ਸੀ ਲੇਕਿਨ ਉਹੀ ਚੀਜ਼ ਜੇਕਰ ਕਿਸੇ ਵਧੀਆ ਬ੍ਰਾਂਡ ਦੀ ਮਿਲ ਰਹੀ ਆ ਉਹ 50 ਰੁਪਏ ਦੀ ਮਿਲ ਰਹੀ ਆ ਤਾਂ ਤੁਸੀਂ ਉਹ 50 ਰੁਪਏ ਦੀ ਖਰੀਦੋਗੇ। ਮਤਲਬ ਕਿ ਤੁਸੀਂ ਆਪ ਦੀ ਜਿਹੜੀ ਡਿਮਾਂਡ ਆ ਉਹ ਇਨਕਰੀਜ਼ ਕਰ ਦੋਗੇ। ਲੇਕਿਨ ਜੇਕਰ ਉਸੇ ਰੇਟ ਦੇ ਨਾਲ ਜਿਹੜੀ ਸਪਲਾਈ ਆ ਉਹ ਇਨਕਰੀਜ਼ ਨਹੀਂ ਹੋ ਰਹੀ ਤੁਸੀਂ ਦੋ ਕਾਮੋਡਿਟੀਆਂ ਡਿਮਾਂਡ ਕਰ ਰਹੇ ਹੋ ਲੇਕਿਨ ਮਾਰਕੀਟ ਦੇ ਵਿੱਚ ਕਾਮੋਡਿਟੀ ਸਿਰਫ ਇੱਕ ਹੀ ਅਵੇਲੇਬਲ ਆ। ਤਾਂ ਇਟ ਮੀਨਸ ਕੀ ਹੋਊਗਾ ਉਹਦਾ ਜਿਹੜਾ ਪ੍ਰਾਈਸ ਆ ਤੁਹਾਨੂੰ ਉਹ ਵੱਧ ਕੇ ਮਿਲੂਗਾ ਇਹੀ ਦੇਖੋ ਇਨਫਲੇਸ਼ਨ ਦਾ ਇੱਕ ਕਨਸੈਪਟ ਹੁੰਦਾ ਹੁਣ ਦੇਖੋ ਇਸ ਇੱਥੇ ਆਉਣੇ ਆਪਾਂ ਦੁਬਾਰਾ ਜੇ ਤੁਹਾਡਾ ਵੇਚ ਜ਼ਿਆਦਾ ਹੋ ਗਿਆ ਤਾਂ ਤੁਸੀਂ ਡਿਮਾਂਡ ਵੀ ਕੀ ਕਰੋਗੇ ਜ਼ਿਆਦਾ ਕਰੋਗੇ ਐਂਡ ਜਦੋਂ ਉਹ ਕਾਮੋਡਿਟੀ ਤੁਹਾਡੇ ਕੋਲੇ ਘੱਟ ਸਪਲਾਈ ਦੇ ਵਿੱਚ ਅਵੇਲੇਬਲ ਸੋ ਉਹਦਾ ਜਿਹੜਾ ਪ੍ਰਾਈਸ ਹੋਊਗਾ ਉਹ ਕੀ ਹੋ ਜਾਊਗਾ ਆਟੋਮੈਟਿਕਲੀ ਇਨਕਰੀਜ਼ ਹੋ ਜਾਊਗਾ ਸੋ ਥਿਸ ਸਿਚੁਏਸ਼ਨ ਇਸ ਕਾਲਡ इनफ्ले स्पायरल विच इज इंटरकनेक्शन बिटवीन वेजिस एंड प्राइसिस नैक्सट वन है नैक इनफले देखो बोटल नैक इनफले की होंगी कि डिमांड सेम ही है पहला भी दो कॉमोनिटीज डिमांड कर रहे थी हूं भी दो कॉमोनिटीज डिमांड कर रहे हो लेकिन पहला सप्लाई दो हम सप्लाई घट के कि होगी सो इट मीन सचुएशन किड़ी होजूगी बोटल नैक इनफ्ले नैक्सट वन हैगा जी इनफ्ले प्रीमीयम inflation premium ਉਹ ਸਿਚੁਏਸ਼ਨ ਹੁੰਦੀ ਹੈ ਜਦੋਂ ਬੋਰੋਅਰਸ ਨੂੰ ਕੀ ਹੁੰਦਾ ਹੈ ਇਹਦਾ ਬੈਨੀਫਿਟ ਹੁੰਦਾ ਦੇਖੋ ਇਸ ਕਨਸੈਪਟ ਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ ਦੇਖੋ ਸਪੋਜ਼ ਕਰੋ ਇੱਕ ਕੋਈ A ਪਰਸਨ ਐਂਡ ਇੱਕ ਕੋਈ B ਪਰਸਨ A ਪਰਸਨ ਦੇ ਕੋਲੇ ਦੇਖੋ 10 ਲੱਖ ਰੁਪਏ ਹੈਗੇ ਨੇ ਐਂਡ ਉਹ ਇਹ 10 ਲੱਖ ਰੁਪਏ ਕਿਸ ਨੂੰ ਵਿਆਜ ਦੇਣਾ ਚਾਹੁੰਦਾ ਤੇ ਇਹ 10 ਲੱਖ ਰੁਪਏ ਨੇ ਕੀ ਕੀਤੇ 20% ਨੂੰ ਕੀ ਕੀਤੇ ਉਧਾਰ ਦੇਤੇ ਐਂਡ ਉਹ ਨੂੰ ਕਹਿੰਦਾ ਵੀ ਮੈਨੂੰ ਸਾਲ ਬਾਅਦ 2 ਲੱਖ ਰੁਪਏ ਵਿਆਜ ਦੇਣਾ ਇਟ ਮੀਨਸ ਕਿ ਬੀ ਨੇ ਏ ਨੂੰ ਕਿੰਨੇ ਪੇ ਕਰਨੇ ਆ ਸਾਲ ਬਾਅਦ 12 ਲੱਖ ਰੁਪਏ ਪਰ ਬੀ ਜਿਹੜਾ ਪਰਸਨ ਉਹ ਨੂੰ ਮਾਰਕੀਟ ਦੀ ਬਹੁਤ ਜ਼ਿਆਦਾ ਸਮਝ ਹੈਗੀ ਹੈ ਬੀ ਕੀ ਕਰਦਾ ਉਸ 10 ਲੱਖ ਦੀ ਇੱਕ ਕਿਲਾ ਪਹਿਲੀ ਖਰੀਦ ਲੈਂਦਾ ਕਿਉਂਕਿ ਬੀ ਨੂੰ ਪਤਾ ਸੀ ਕਿ ਅੱਗੇ ਮਾਰਕੀਟ ਚੇਂਜ ਹੋਣ ਜਾ ਰਹੀ ਹੈ ਸੋ ਕੀ ਹੁੰਦਾ ਕਿ ਇੱਕ ਸਾਲ ਬਾਅਦ ਉਹੀ ਜਿਹੜੀ 10 ਲੱਖ ਦੀ ਉਹਨੇ ਜ਼ਮੀਨ ਖਰੀਦੀ ਹੁੰਦੀ ਇੱਕ ਕਿੱਲਾ ਉਹ ਵੱਧ ਕੇ ਹੋ ਜਾਂਦੀ ਹੈ 15 ਲੱਖ ਦੀ ਸੋ 10 ਲੱਖ ਰਿਹਾ ਦੇਖੋ ਜ਼ਮੀਨ ਉਹਨੇ ਲਈ ਸੀ 15 ਲੱਖ ਦੀ ਵੇਚਦੀ 15 ਲੱਖ ਦੀ ਦੇਖੋ ਜ਼ਮੀਨ ਉਹ ਵੇਚ ਚੁੱਕਿਆ ਪਰ ਉਹਨੇ ਪੈਸੇ ਕਿੰਨੇ ਦੇਣੇ ਆ ਵਾਪਸ 12 ਲੱਖ ਰੁਪਏ ਸੋ ਇਹ 12 ਲੱਖ ਰੁਪਏ ਵਾਪਸ ਕਰਕੇ ਵੀ ਉਹਦੇ ਕੋਲੇ ਕਿੰਨੇ ਲੱਖ ਦਾ ਪ੍ਰੋਫਿਟ ਹੁੰਦਾ 3 ਲੱਖ ਦਾ ਤਫਰਤ ਤੁਸੀਂ ਦੇਖੋ ਇਥੇ ਵੈਦਾ ਫਾਇਦਾ ਕਿਨੂੰ ਹੋਇਆ ਏ ਇਥੇ ਕ੍ਰੈਡਿਟਰ ਸੀ ਜੀਨੇ ਕੇ ਬੀ ਨੂੰ ਉਧਾਰ ਦਿੱਤਾ ਬੀ ਇਥੇ ਕਿ ਡੈਟਰ ਡੈਟਰ ਮੀਨਸ ਬੋਰੋਅਰ ਸੋ ਇਨਫਲੇਸ਼ਨ ਦੇ ਕਰਕੇ ਜਿਹੜਾ ਫਾਇਦਾ ਹੋਇਆ ਉਹ ਕਿਨੂੰ ਹੋ ਗਿਆ ਬੋਰੋਅਰ ਨੂੰ ਫਾਇਦਾ ਹੋ ਗਿਆ ਨੈਕਸਟ ਵਨ ਹੈਗੀ ਜੀ ਕਿਊ ਇਨਫਲੇਸ਼ਨ ਕਿਊ ਇਨਫਲੇਸ਼ਨ ਦਾ ਮੀਨਿੰਗ ਕੀ ਹੁੰਦਾ ਜੇ ਕਿ ਕੁਝ ਕੁ ਕਾਮੋਡਿਟੀਜ਼ ਦੇ ਪ੍ਰਾਈਸ ਦੇ ਇਨਕਰੀਜ਼ ਹੋਣਾ ਜਿਹੜੇ ਬਾਕੀ ਕਾਮੋਡਿਟੀਜ਼ ਦਾ ਉਹਨਾਂ ਦਾ ਪ੍ਰਾਈਸ ਸੇਮ ਰਹੇ ਨੈਕਸਟ ਵਨ ਹੈਗਾ ਜੀ ਰੀਫਲੇਸ਼ਨ ਦੇਖੋ ਰੀਫਲੇਸ਼ਨ ਇੱਕ ਉਹ ਸਿਚੁਏਸ਼ਨ ਹੁੰਦੀ ਹੈ ਜਦੋਂ ਇਕਨੋਮੀ ਦੇ ਵਿੱਚ ਰੈਸੈਸ਼ਨ ਚੱਲ ਰਿਹਾ ਹੁੰਦਾ ਤਾਂ ਗਵਰਨਮੈਂਟ ਚਾਹੁੰਦੀ ਹੈ ਕਿ ਇਸ ਰੈਸੈਸ਼ਨ ਦੀ ਜਿਹੜੀ ਕੜੀ ਹੈ ਉਹ ਤੋੜਿਆ ਜਾਵੇ ਸੋ ਗਵਰਨਮੈਂਟ ਦੇਖੋ ਡੈਲੀਬਰੇਟਲੀ ਕਰਦੀ ਹੈ ਜਿਆਦਾ ਤੋਂ ਜਿਆਦਾ ਜਿਹੜਾ ਖਰਚਾ ਉਹ ਕਰਨਾ ਸ਼ੁਰੂ ਕਰ ਦਿੰਦੀ ਹੈ ਬਿਕੋਜ਼ ਜਰੂਰ ਜਿਆਦਾ ਖਰਚੇ ਨੂੰ ਦੇਖੋ ਇਸ ਤਰ੍ਹਾਂ ਸਮਝੋ ਤੁਸੀਂ ਜੇਕਰ ਗਵਰਨਮੈਂਟ ਪੁਲ ਬਣਾਉਣਾ ਸਟਾਰਟ ਕਰ ਦਿੰਦੀ ਹੈ ਕੋਈ ਬ੍ਰਿਜ ਬਣਾਉਣਾ ਸਟਾਰਟ ਕਰਦੀ ਹੈ ਤਾਂ ਗਵਰਨਮੈਂਟ ਨੂੰ ਪਤਾ ਹੈ ਕਿ ਉੱਥੇ ਲੋਕਾਂ ਨੂੰ ਏਮਪਲੋਇਮੈਂਟ ਵੀ ਮਿਲੂਗੀ ਉੱਥੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਡਾਇਰੈਕਟਰ ਟਰਾਲ ਨੂੰ ਵੀ ਲੈ ਕੇ ਆਉਣਗੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੂਗਾ ਸੋ ਗਵਰਨਮੈਂਟ ਦੇ ਹਾਈ ਐਕਸਪੈਂਡੀਚਰ ਕਰਨ ਦੇ ਨਾਲ ਜਿਹੜੇ ਲੋਕਾਂ ਕੋਲੇ ਪੈਸਾ ਆਊਗਾ ਐਂਡ ਉਹੀ ਪੈਸਾ ਜਿਹੜਾ ਹੈਗਾ ਲੋਕ ਆਪਦੀਆਂ ਰੋਜ਼ੀ ਮਰਾਂ ਦੀ ਚੀਜ਼ਾਂ ਖਰੀਦਣ ਦੇ ਲਈ ਯੂਜ਼ ਕਰਨਗੇ ਸੋ ਇਸ ਨਾਲ ਕੀ ਹੋਊਗਾ ਕਿ ਇਕਨੋਮੀ ਦੇ ਵਿੱਚ ਮੰਗ ਪੈਦਾ ਹੋਊਗੀ ਸੋ ਜੇਕਰ ਮੰਗ ਪੈਦਾ ਹੋਊਗੀ ਤਾਂ ਬਹੁਤ ਸਾਰੇ ਪ੍ਰੋਡਿਊਸਰ ਆਉਣਗੇ ਉਹ ਪ੍ਰੋਡਿਊਸਰ ਕੀ ਕਰਨਗੇ ਆਪਦੇ ਕਾਮੋਡਿਟੀਆਂ ਦੀ ਦੀ ਪ੍ਰੋਡਕਸ਼ਨ ਕਰਨਗੇ ਐਂਡ ਇਸੇ ਤਰ੍ਹਾਂ ਹੀ ਜਿਹੜਾ ਸਰਕਲ ਹੈ ਉਹ ਇਕਨੋਮੀ ਦੇ ਚੱਲ ਪੈਣਾ ਅਦਰ ਥਿੰਗ ਜੋ ਗਵਰਨਮੈਂਟ ਕਰੂਗੀ ਟੈਕਸ ਰਿਡਕਸ਼ਨ ਸ਼ੁਰੂ ਕਰ ਦੂਗੀ ਦੇਖੋ ਟੈਕਸ ਰਿਡਕਸ਼ਨ ਨੂੰ ਸਮਝੋ ਜੇਕਰ ਕਿਸੇ ਪਰਸਨ ਦੀ ਇਨਕਮ 1000 ਰੁਪਏ ਸੀ ਐਂਡ 1000 ਦੇ ਵਿੱਚੋਂ ਉਹਨੂੰ 300 ਰੁਪਏ ਟੈਕਸ ਪੇ ਕਰਨਾ ਪੈ ਰਿਆ ਸੀ ਉਹਦੇ ਕੋਲੇ ਸਿਰਫ 700 ਰੁਪਏ ਬਚਦੇ ਸੀ ਤਾਂ 700 ਰੁਪਏ ਨਾਲ ਉਹਦੀ ਡਿਮਾਂਡ ਕਿੰਨੀ ਘੱਟ ਸੀ ਲੇਕਿਨ ਜੇਕਰ ਗਵਰਨਮੈਂਟ ਟੈਕਸ ਰੇਟ ਨੂੰ ਘਟਾ ਦਿੰਦੀ ਆ ਗਵਰਨਮੈਂਟ ਟੈਕਸ ਘਟਾ ਕੇ 100 ਰੁਪਏ ਕਰ ਦਿੰਦੀ ਆ ਤਾਂ ਉਹਦੇ ਕੋਲੇ ਨੈਟ ਇਨਕਮ ਕਿੰਨੀ ਬਚੂਗੀ 900 ਰੁਪਏ ਤਾਂ ਉਸ 900 ਰੁਪਏ ਦੇ ਨਾਲ ਉਹ ਪਰਸਨ ਜਿਹੜਾ ਹੈਗਾ ਉਹ ਜ਼ਿਆਦਾ ਡਿਮਾਂਡ ਕਰ ਸਕਦਾ ਜ਼ਿਆਦਾ ਡਿਮਾਂਡ ਹੋਊਗੀ ਤਾਂ ਜ਼ਿਆਦਾ ਸਪਲਾਈ ਦੀ ਕੋਸ਼ਿਸ਼ ਵੀ ਕੀਤੀ ਜਾਊਗੀ ਸੋ ਇਸੇ ਤਰ੍ਹਾਂ ਜਿਹੜਾ ਇਕਨੋਮੀ ਦਾ ਸਰਕਲ ਆ ਉਹ ਚੱਲ ਪੈਣਾ ਸੋ ਨੈਕਸਟ ਵਨ ਹੈਗਾ ਜੀ ਆਪਣੇ ਕੋਲੇ ਸਟੈਗਫਲੇਸ਼ਨ ਦੇਖੋ ਸਟੈਗਫਲੇਸ਼ਨ ਟਾਪਿਕ ਦੇ ਵਿੱਚੋਂ ਪੇਪਰ ਦੇ ਵਿੱਚ ਕਾਫੀ ਕੁਐਸਚਨ ਜਿਹੜੇ ਹੈਗੇ ਆ ਉਹ ਪੁੱਛੇ ਜਾ ਚੁੱਕੇ ਆ ਕਾਫੀ ਵਾਰ ਇਹ ਕੁਐਸਚਨ ਪੇਪਰ ਦੇ ਵਿੱਚ ਆ ਚੁੱਕੇ ਆ ਸੋ ਇਸ ਕਨਸੈਪਟ ਨੂੰ ਧਿਆਨ ਨਾਲ ਸਮਝੋ ਸਟੈਗਫਲੇਸ਼ਨ ਦੇਖੋ ਇਹ ਸਿਚੁਏਸ਼ਨ ਆ ਜਦੋਂ ਇਨਫਲੇਸ਼ਨ ਪਲੱਸ ਅਨਇੰਪਲੋਇਮੈਂਟ ਦੋਨੇ ਹਾਈ ਹੁੰਦੇ ਆ ਦੇਖੋ ਜਨਰਲੀ ਇਹ ਕੇਸ ਸਮਝਿਆ ਜਾਂਦਾ ਕਿ ਜੇਕਰ ਇਨਫਲੇਸ਼ਨ ਹੋਊਗੀ ਤਾਂ ਉਹਦੇ ਨਾਲ ਇੰਪਲੋਇਮੈਂਟ ਦੇ ਵਿੱਚ ਜ਼ਰੂਰ ਹੈਲਪ ਹੁੰਦੀ ਹੈ ਇਸ ਕਨਸੈਪਟ ਨੂੰ ਸਮਝਣਾ ਹੁਣ ਤੁਸੀਂ ਜਦੋਂ 인ਫਲੇਸ਼ਨ ਹੋਊਗਾ ਦੇਖੋ ਜੇਕਰ ਪਹਿਲਾਂ 10 ਰੁਪਏ ਦੀ ਕੋਈ ਚੀਜ਼ ਵਿਕ ਰਹੀ ਸੀ ਜੇਕਰ ਹੁਣ ਉਹਦੀ ਕੀਮਤ 15 ਰੁਪਏ ਹੋ ਜਾਂਦੀ ਹੈ ਤਾਂ ਮੈਂ ਸਪੋਜ਼ ਕਰੋ ਇੱਕ ਪ੍ਰੋਡਿਊਸਰ ਮੈਂ ਕਾਮੋਡੀਟੀਆਂ ਨੂੰ ਪ੍ਰੋਡਿਊਸ ਕਰ ਰਿਹਾ ਤਾਂ ਮੈਂ ਇਸ ਦੇ ਵਿੱਚੋਂ ਆਪ ਦਾ ਵੱਧ ਤੋਂ ਵੱਧ ਲਾਭ ਦੇਖੂਗਾ ਮੈਨੂੰ ਲੱਗੂਗਾ ਕਿ ਪਹਿਲਾਂ ਮੈਂ 10 ਰੁਪਏ ਦੇ ਉਹ ਚੀਜ਼ੀ ਵੇਚ ਰਿਹਾ ਸੀ ਹੁਣ ਮੈਂ 15 ਰੁਪਏ ਦੇ ਜੇਕਰ ਵਿਕੂਗੀ ਤਾਂ ਮੈਨੂੰ ਜ਼ਿਆਦਾ ਪ੍ਰੋਫਿਟ ਹੋਊਗਾ ਸੋ ਮੈਂ ਵੱਧ ਤੋਂ ਵੱਧ ਉਸ ਚੀਜ਼ ਦੀ ਪ੍ਰੋਡਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ ਸੋ ਥੈਟ ਕਿ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਮੈਂ ਇਥੋਂ ਲੈ ਸਕਾਂ ਲekin ਕਈ ਵਾਰ ਕੀ ਹੁੰਦਾਗਾ ਕਿ ਇਨਫਲੇਸ਼ਨ ਦੇ ਨਾਲ ਨਾਲ ਜਿਹੜੀ ਅਨਐਮਪਲੋਇਮੈਂਟ ਉਹ ਵੀ ਵਾਧਦੀ ਤੁਰੀ ਜਾਂਦੀ ਹੈ ਸੋ ਇਸ ਕਨਸੈਪਟ ਨੂੰ ਸਟੈਗਫਲੇਸ਼ਨ ਦਾ ਨਾਮ ਦਿੰਦੇ ਆ ਇਸ ਕਨਸੈਪਟ ਨੂੰ ਵਰਲਡ ਲੈਵਲ ਤੇ ਕਾਫੀ ਵਾਰ ਨੋਟ ਵੀ ਕੀਤਾ ਜਾ ਚੁੱਕਿਆ ਨੈਕਸਟ ਹੈਗਾ ਜੀ ਇਨਫਲੇਸ਼ਨਰੀ ਗੈਪ ਦੇਖੋ ਇਨਫਲੇਸ਼ਨਰੀ ਗੈਪ ਕਨਸੈਪਟ ਨੂੰ ਵੀ ਧਿਆਨ ਨਾਲ ਸਮਝ ਲੈਣ ਇਨਫਲੇਸ਼ਨਰੀ ਗੈਪ ਇਨਫਲੇਸ਼ਨਰੀ ਗੈਪ ਦੇ ਵਿੱਚ ਕੀ ਹੁੰਦਾ ਜਿਹੜੀ ਐਗਰੀਗੇਟ ਡਿਮਾਂਡ ਹੋਊਗੀ ਦੇਖੋ ਐਗਰੀਗੇਟ ਸਪਲਾਈ ਤੋਂ ਬਹੁਤ ਜ਼ਿਆਦਾ ਹੋਊਗੀ ਦੇਖੋ ਇਨਫਲੇਸ਼ਨ ਦੇ ਕਨਸੈਪਟ ਨੂੰ ਆਪਾਂ ਸਮਝ ਚੁੱਕੇ ਹਾਂ ਪਹਿਲਾਂ ਹੀ ਕਿ ਇਨਫਲੇਸ਼ਨ ਕਿਉਂ ਹੁੰਦੀ ਹੈ ਕਿ ਲੋਕਾਂ ਦੇ ਕੋਲੇ ਪੈਸਾ ਜ਼ਿਆਦਾ ਆ ਚੁੱਕਿਆ ਇਟ ਮੀਨਸ ਕੀ ਹੈ ਲੋਕ ਡਿਮਾਂਡ ਜ਼ਿਆਦਾ ਕਰ ਰਹੇ ਆ ਲੇਕਿਨ ਲੋਕਾਂ ਨੂੰ ਉਹਨੀਆਂ ਜਿਹੜੀਆਂ ਕਾਮੋਡਿਟੀਜ਼ ਆ ਉਹ ਆਪਣੀਆਂ ਲੋੜਾਂ ਦੇ ਪੂਰਤੀ ਦੇ ਲਈ ਮਿਲ ਨਹੀਂ ਰਹੀਆਂ ਸੋ ਇਨਫਲੇਸ਼ਨਰੀ ਗੈਪ ਉਹ ਕੰਡੀਸ਼ਨ ਹੁੰਦੀ ਹੈ ਜਦੋਂ ਗਵਰਨਮੈਂਟ ਜ਼ਿਆਦਾ ਸਪੈਂਡ ਕਰ ਰਹੀ ਹੈ ਦੇਖੋ ਜੇ ਗਵਰਨਮੈਂਟ ਜ਼ਿਆਦਾ ਸਪੈਂਡ ਕਰ ਰਹੀ ਹੈ ਇਟ ਮੀਨਸ ਕੀ ਹੈਗਾ ਕਿ ਉਹ ਪੈਸਾ ਲੋਕਾਂ ਕੋਲੇ ਵੱਧ ਆ ਰਿਹਾ ਹੈ ਗਵਰਨਮੈਂਟ ਜ਼ਿਆਦਾ ਪ੍ਰੋਜੈਕਟਸ ਤੇ ਖਰਚਾ ਕਰ ਰਹੀ ਹੈ ਗਵਰਨਮੈਂਟ ਜ਼ਿਆਦਾ ਅਨ ਇੰਪਲੋਇਮੈਂਟ ਅਲਾਉਂਸ ਦੇ ਰਹੀ ਹੈ ਗਵਰਨਮੈਂਟ ਜ਼ਿਆਦਾ ਭਟਾਪਾ ਪੈਨਸ਼ਨਾਂ ਦੇ ਰਹੀ ਹੈ ਗਵਰਨਮੈਂਟ ਜ਼ਿਆਦਾ ਡਿਵੈਲਪਮੈਂਟ ਐਕਸਪੈਂਡੀਚਰ ਖਰਚਾ ਕਰ ਰਹੀ ਹੈ ਤਾਂ ਲੋਕਾਂ ਕੋਲੇ ਪੈਸਾ ਆ ਰਿਹਾ ਹੈ ਤਾਂ ਲੋਕ ਜ਼ਿਆਦਾ ਡਿਮਾਂਡ ਕਰ ਰਹੇ ਹੈ ਬਟ ਲੋਕਾਂ ਨੂੰ ਕਾਮੋਡਿਟੀਜ਼ ਹੋਣੀਆਂ ਨਹੀਂ ਮਿਲ ਰਹੀਆਂ ਸੋ ਇਹ ਸਿਚੁਏਸ਼ਨ ਨੂੰ ਆਪਾਂ ਕੀ ਕਹ ਦਿੰਨੇ ਆ ਇਨਫਲੇਸ਼ਨਰੀ ਗੈਪ ਕਹ ਦਿੰਨੇ ਆ ਐਂਡ ਇਸ ਨੂੰ ਫਿਸਕਲ ਡੈਫੀਸਿਟ ਵੀ ਕਹਿੰਦੇ ਆ ਐਂਡ ਫਿਸਕਲ ਡੈਫੀਸਿਟ ਕੀ ਹੁੰਦਾ ਇਹ ਆਪਾਂ ਨੈਕਸਟ ਵੀਡੀਓਜ਼ ਦੇ ਵਿੱਚ ਜਦੋਂ ਫਿਸਕਲ ਪਾਲਿਸੀ ਕੀਤੀ ਉਹ ਡਿਸਕਸ ਕਰਾਂਗੇ ਨੈਕਸਟ ਹੈ ਜੀ ਡੀਫਲੇਸ਼ਨਰੀ ਗੈਪ ਦੇਖੋ ਡੀਫਲੇਸ਼ਨਰੀ ਗੈਪ ਐ ਇਨਫਲੇਸ਼ਨਰੀ ਗੈਪ ਦੀ ਬਿਲਕੁਲ ਉਲਟ ਸਿਚੁਏਸ਼ਨ ਹੁੰਦੀ ਜਿਹਨੂੰ ਆਪਾਂ ਆਊਟਪੁੱਟ ਗੈਪ ਨਾਲ ਵੀ ਕਹਨੇ ਆ ਇਹਦੇ ਵਿੱਚ ਸਪਲਾਈ ਜ਼ਿਆਦਾ ਹੁੰਦੀ ਆ ਪਰ ਉਹਨਾਂ ਦੀ ਡਿਮਾਂਡ ਨਹੀਂ ਹੁੰਦੀ ਮੰਨ ਲਓ ਕਾਮੋਡਿਟੀਜ਼ ਦੇਖੋ ਸੌ ਪ ਪਰ 100% ਨਹੀਂ ਮੈ ਰਿਹ ਡਿਮਾਂਡ ਕਰਨ ਵਾਲੇ ਸੋ ਇਸ ਸਿਚੁਏਸ਼ਨ ਨੂੰ ਆਪਾਂ ਕੀ ਕਹਦੇ ਨੇ ਡੀਫਲੇਸ਼ਨਰੀ ਗੈਪ ਨੈਕਸਟ ਵਨ ਹੈਗਾ ਜੀ ਇਨਫਲੇਸ਼ਨ ਟੈਕਸ ਇਸ ਕਨਸੈਪਟ ਨੂੰ ਵੀ ਬਹੁਤ ਧਿਆਨ ਨਾਲ ਸਮਝਣਾ ਪੈਣਾ ਇਹਨੂੰ ਸ਼ਿਨਿਊ ਰੇਜ ਵੀ ਕਹਿੰਦੇ ਆ ਦੇਖੋ ਇਹ ਸੀ ਨੂੰ ਦਾ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਇਨਫਲੇਸ਼ਨ ਦੇ ਨਾਲ ਵੈਲਿਊ ਆਫ ਮਨੀ ਰਿਡਿਊਸ ਹੁੰਦੀ ਹੈ ਕਿਵੇਂ ਹੁੰਦੀ ਹੈ ਸਪੋਜ਼ ਕਰੋ ਪਹਿਲਾਂ ਕੋਈ ਕਾਮੋਡੀਟੀ ਨੂੰ 10 ਰੁਪਏ ਦੀ ਮਿਲ ਰਹੀ ਸੀ ਬਟ ਹੁਣ ਉਹਦਾ ਪ੍ਰਾਈਸ ਇਨਕਰੀਜ਼ ਹੋ ਕੇ ਕਿੰਨਾ ਹੋ ਗਿਆ 20 ਰੁਪਏ ਇਟ ਮੀਨਸ ਜੇਕਰ ਮੈਨੂੰ ਪਹਿਲਾਂ 10 ਰੁਪਏ ਖਰਚ ਕਰਕੇ ਇੱਕ ਕਮੋਡਿਟੀ ਮਿਲ ਰਹੀ ਸੀ ਤਾਂ ਹੁਣ ਉਸੇ ਕਮੋਡਿਟੀ ਨੂੰ ਖਰਚ ਲੈਣ ਦੇ ਲਈ ਮੈਨੂੰ 20 ਰੁਪਏ ਖਰਚ ਕਰਨੇ ਪੈਣਗੇ ਇਟ ਮੀਨਸ ਵੈਲਿਊ ਆਫ ਮਨੀ ਜਿਹੜੀ ਹੈਗੀ ਆ ਉਹ ਇਥੇ ਰਿਡਿਊਸ ਹੋ ਰਹੀ ਹੈ ਆਪਣੀ ਇਕਨੋਮੀ ਦੇ ਵਿੱਚ ਜੋ ਕਰੰਸੀ ਪ੍ਰਿੰਟ ਕਰਨ ਦੀ ਪਾਵਰ ਹੁੰਦੀ ਹੈ ਦੇਖੋ ਉਹ ਗਵਰਨਮੈਂਟ ਦੇ ਕੋਲ ਹੁੰਦੀ ਹੈ ਗਵਰਨਮੈਂਟ ਨੂੰ ਡੈਲੀਗੇਟ ਕਰਦੀ ਹੈ ਆਰਬੀਆਈ ਨੂੰ ਜੇਕਰ ਆਰਬੀਆਈ ਜ਼ਿਆਦਾ ਤੋਂ ਜ਼ਿਆਦਾ ਮਨੀ ਪ੍ਰਿੰਟ ਕਰ ਰਹੀ ਹੈ ਇਟ ਮੀਨਸ ਉਹ ਮਨੀ ਇਵੈਨਚੁਅਲੀ ਲੋਕਾਂ ਦੇ ਕੋਲ ਆਉਣੀ ਹੈ ਐਂਡ ਜੇਕਰ ਉਹ ਲੋਕਾਂ ਦੇ ਕੋਲ ਮਨੀ ਆਊਗੀ ਤਾਂ ਲੋਕ ਜ਼ਿਆਦਾ ਡਿਮਾਂਡ ਕਰਨਗੇ ਜੇਕਰ ਜ਼ਿਆਦਾ ਡਿਮਾਂਡ ਹੋਊਗੀ ਇਟ ਮੀਨਸ ਕੀ ਹੋਊਗਾ ਇਨਫਲੇਸ਼ਨ ਹੋਊਗਾ ਇਨਫਲੇਸ਼ਨ ਹੋਊਗਾ ਇਹਦਾ मीनिंग ਕੀ ਹੈ ਜੋ ਕਾਮੋਡਿਟੀਜ਼ ਮੈਨੂੰ ਪਹਿਲਾਂ 100 ਰੁਪਏ ਦੀਆਂ 2 ਮਿਲ ਰਹੀਆਂ ਸੀ ਉਹੀ ਕਾਮੋਡਿਟੀ ਮੈਨੂੰ 100 ਰੁਪਏ ਦੀ ਕਿੰਨੀ ਮਿਲੂਗੀ ਸਿਰਫ 1 ਮਿਲੂਗੀ ਇਟ ਮੀਨਸ ਦੇਖੋ ਕੀ ਹੋ ਗਿਆ ਇਹ ਇੱਕ ਇੰਡਾਇਰੈਕਟਲੀ ਮੈਂ ਇੱਕ ਟੈਕਸ ਹੀ ਪੇ ਕਰ ਰਿਹਾ ਇਸ ਕਨਸੈਪਟ ਨੂੰ ਦੇਖੋ ਬਹੁਤ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ ਇੱਕ ਵਾਰ ਫਿਰ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਥਰੂ ਸਮਝਾਉਣਾ ਜਿਵੇਂ ਦੇਖੋ ਪਹਿਲਾਂ ਇੱਕ ਕਾਮੋਡਿਟੀ ਆਪਾਂ ਨੂੰ 10 ਰੁਪਏ ਦੀ ਮਿਲ ਰਹੀ ਸੀ ਲੇਕਿਨ ਇਨਫਲੇਸ਼ਨ ਦੇ ਕਾਰਨ ਉਹ ਕਾਮੋਡਿਟੀ ਕਿੰਨੇ ਰੁਪਏ ਦੀ ਮਿਲਣ ਲੱਗੀ 20 ਰੁਪਏ ਦੀ ਦੇਖੋ ਇਟ ਮੀਨਸ ਜਿਹੜੇ ਹੁਣ ਮੈਂ ਐਕਸਟਰਾ 10 ਰੁਪਏ ਇੱਥੇ ਦੇ ਰਿਹਾ ਉਹ ਐਕਸਟਰਾ 10 ਰੁਪਏ ਕੀ ਹੋ ਗਏ ਇੰਡਾਇਰੈਕਟਲੀ ਕੀ ਹੋ ਗਏ ਇੱਕ ਟੈਕਸ ਹੀ ਹੋ ਗਿਆ ਜਿਹਨੂੰ ਕਿ ਆਪਾਂ ਇਨਫਲੇਸ਼ਨ ਟੈਕਸ ਕਹਿੰਦੇ ਜੋ ਜੇਕਰ ਆਪਾਂ 인ਫਲੇਸ਼ਨ ਦੇ ਕੌਜ਼ਸ ਦੀ ਗੱਲ ਕਰੀਏ ਜੀ ਤਾਂ ਦੋ ਟਾਈਪ ਦੇ ਕੌਜ਼ ਹੁੰਦੇ ਆ ਇੱਕ ਡਿਮਾਂਡ ਦੇ ਪੱਖੋਂ ਜਿਹੜੇ ਆ ਜਾਂਦੇ ਆ ਤੇ ਇੱਕ ਜਿਹੜੇ ਕੋਸਟ ਦੇ ਪੱਖੋਂ ਆ ਜਾਂਦੇ ਆ ਫਰਸਟ ਡਿਮਾਂਡ ਦੇ ਪੱਖੋਂ ਜੇਕਰ ਆਪਾਂ ਗੱਲ ਕਰੀਏ ਹੁੰਦਾ ਇਕਨੋਮੀ ਗਰੋ ਕਰ ਰਹੀ ਹੈ ਇਕਨੋਮੀ ਗਰੋ ਕਰ ਰਹੀ ਹੈ ਇਟ ਮੀਨਸ ਕਿ ਜਿਹੜੇ ਜ਼ਿਆਦਾ ਲੋਕਾਂ ਨੂੰ ਇਮਪਲੋਇਮੈਂਟ ਮਿਲ ਰਹੀ ਹੈ ਜ਼ਿਆਦਾ ਲੋਕ ਐਜੂਕੇਟਿਡ ਹੋ ਰਹੇ ਆ ਜਿਹੜਾ ਨੌਕਰੀਆਂ ਹੋ ਰਹੀਆਂ ਉਹਨਾਂ ਕੋਲੇ ਠੀਕ ਹੈ ਜ਼ਿਆਦਾ ਬਿਜ਼ਨਸ ਵਧੀ ਚੱਲ ਰਹੇ ਆ ਤਾਂ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਜ਼ਿਆਦਾ ਹੋਊ ਕਿਉਂਕਿ ਉਹਨਾਂ ਕੋਲ ਜ਼ਿਆਦਾ ਪੈਸਾ ਆ ਰਿਹਾ ਜਾਜੇਕਰ ਆਪਣੇ ਕੋਲੇ ਫਿਊਚਰ ਦੇ ਵਿੱਚ ਆਪਾਂ ਨੂੰ ਇਹ ਹੋ ਗਏ ਕਿ ਹਾਈ ਇਨਫਲੇਸ਼ਨ ਹੋ ਸਕਦੀ ਹੈ ਜਿਵੇਂ ਪਿੱਛੇ ਜੇ ਕੀ ਹੋਇਆ ਸੀ ਇੱਕ ਸਿਚੁਏਸ਼ਨ ਕ੍ਰੀਏਟ ਹੋਈ ਸੀਗੀ ਨਾ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਹੋਗਾ ਸੀ ਕਿ ਹੁਣ ਡੀਜ਼ਲ ਦੇ ਜਿਹੜੇ ਰੇਟ ਆ ਉਹ ਬਹੁਤ ਜ਼ਿਆਦਾ ਵੱਧ ਜਾਣਗੇ ਤਾਂ ਲੋਕਾਂ ਨੇ ਪਹਿਲਾਂ ਹੀ ਕੀ ਕੀਤਾ ਢੋਲ ਭਾਉਣਾ ਸ਼ੁਰੂ ਕਰਤੇ ਕਿਉਂਕਿ ਉਹਨੂੰ ਡਰ ਸੀ ਕਿ ਹਾਈ ਇਨਫਲੇਸ਼ਨ ਹੋ ਸਕਦੀ ਹੈ ਤਾਂ ਜਿਆਦਾ ਤੋਂ ਜਿਆਦਾ ਢੋਲ ਭਾਉਣਾ ਸ਼ੁਰੂ ਕਰਤੇ ਡੀਜ਼ਲ ਦੇ ਇਟ ਮੀਨਸ ਕਿ ਉਹਨਾਂ ਨੇ ਡਿਮਾਂਡ ਇਨਕਰੀਜ਼ ਕਰਤੀ ਜਾਂ ਕਈ ਵਾਰ ਕੀ ਹੁੰਦਾ ਕਿ ਕਿਸੇ ਬ੍ਰਾਂਡ ਵੱਲੋਂ ਬਹੁਤ ਵਧੀਆ ਵੇਚ ਨਾਲ ਪ੍ਰਮੋਸ਼ਨਸ ਕੀਤੇ ਜਾਂਦੀਆਂ ਤਾਂ ਉਹਦੇ ਕਰਕੇ ਵੀ ਉਸ ਪ੍ਰੋਡਕਟ ਦੀ ਜਿਹੜੀ ਡਿਮਾਂਡ ਆ ਉਹ ਇੰਕਰੀਜ਼ ਹੋ ਜਾਂਦੀ ਹੈ। ਜਾਂ ਜੇਕਰ ਆਪਾਂ ਬਹੁਤ ਵਧੀਆ ਕੋਈ ਟੈਕਨੋਲੋਜੀ ਯੂਜ਼ ਕਰਦੇ ਆ ਜਿਵੇਂ ਆਪਾਂ ਦੇਖਦੇ ਆ ਕਿ ਨਾਈਕੀ ਦੇ ਸ਼ੂਜ਼ ਹੁੰਦੇ ਆ ਉਹਨਾਂ ਦੇ ਵਿੱਚ ਬੜੀ ਵਧੀਆ ਜਿਹੜੀ ਟੈਕਨੋਲੋਜੀ ਯੂਜ਼ ਕੀਤੀ ਹੁੰਦੀ ਹੈ ਜਿਹੜੀ ਕਿ ਆਪ ਨੂੰ ਬਹੁਤ ਸਮੂਥ ਰੱਖਦੀ ਹੈ ਪੈਰਾਂ ਨੂੰ ਬਹੁਤ ਜਿਹੜੇ ਐਥਲੀਟਸ ਹੁੰਦੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਭੱਜ ਸਕਦੇ ਆ ਤਾਂ ਉਹਦੇ ਨਾਲ ਵੀ ਕੀ ਹੁੰਦੀ ਹੈ ਇਸ ਤਰ੍ਹਾਂ ਦੇ ਪ੍ਰੋਡਕਟਸ ਦੀ ਜਿਹੜੀ ਡਿਮਾਂਡ ਆ ਉਹ ਇੰਕਰੀਜ਼ ਹੁੰਦੀ ਹੈ। ਜਾਂ ਗਵਰਨਮੈਂਟ ਵੱਲੋਂ ਜਿਹੜੀ ਫਿਸਕਲ ਪਾਲਿਸੀ ਆ ਉਹਦੀ ਐਕਸਪੈਂਸ਼ਨ ਕੀਤੀ ਜਾਂਦੀ ਹੈ ਇਟ ਮੀਨਸ ਕਿ ਗਵਰਨਮੈਂਟ ਟੈਕਸ ਘਟਾ ਦਿੰਦੀ ਆ ਜਾਂ ਗਵਰਨਮੈਂਟ ਆਪਦੇ ਵੱਲੋਂ ਜਿਹੜੇ ਐਕਸਪੈਂਡੀਚਰ ਉਹ ਜ਼ਿਆਦਾ ਕਰ ਦਿੰਦੀ ਆ ਤੇ ਆਪਾਂ ਕੋਸਟ ਵਾਲੇ ਪਾਸੇ ਤੋਂ ਦੇਖਦੇ ਆ ਤਾਂ ਇਹਦਾ ਫਰਸਟ ਰੀਜਨ ਹੁੰਦਾ ਜੀ ਮੋਨੋਪੋਲੀ ਦੇਖੋ ਜੇਕਰ ਮਾਰਕੀਟ ਦੇ ਵਿੱਚ ਕੇਵਲ ਇੱਕ ਹੀ ਪ੍ਰੋਡਿਊਸਰ ਆ ਤਾਂ ਉਹ ਆਪਣੇ ਹਿਸਾਬ ਨਾਲ ਜਿਹੜੀ ਕੋਸਟ ਆ ਉਹ ਰੱਖੂਗਾ ਜੇਕਰ ਉਹ 100 ਰੁਪਏ ਕੋਸਟ ਰੱਖੂਗਾ ਤਾਂ ਵੀ ਆਪਾਂ ਨੂੰ ਖਰੀਦਣੀ ਪੈਣੀ ਹੈ ਜੇਕਰ ਉਹ 200 ਰੁਪਏ ਕਰ ਦਿੰਦਾ ਤਾਂ ਵੀ ਆਪਾਂ ਨੂੰ ਖਰੀਦਣੀ ਪੈਣੀ ਹੈ ਜੇਕਰ ਉਹ 300 ਕਰਦਾ ਨੈਕਸਟ ਹੁੰਦਾ ਜੀ ਜਿਹੜਾ ਕੋਸਟ ਪੁਸ਼ ਦੇ ਰੀਜ਼ਨ ਦੇਖੀ ਆਪਾਂ ਵੇਜ ਇਨਕਰੀਸ ਹੋਣਾ ਜੇਕਰ ਪਹਿਲਾਂ ਮੇਰੇ ਵੇਜਸ 10000 ਰੁਪਏ ਸੀ ਹੁਣ ਉਹ ਇਨਕਰੀਸ ਹੋ ਕੇ ਜੇਕਰ 20000 ਹੋ ਜਾਂਦੇ ਆ ਤਾਂ ਓਬਵੀਅਸ ਆ ਕਿ ਮੈਂ ਉਸ ਕਾਮੋਡੀਟੀਸ ਦੀ ਜਿਹੜੀ ਡਿਮਾਂਡ ਆ ਉਹ ਜ਼ਿਆਦਾ ਕਰੂੰਗਾ ਨੈਚੁਰਲ ਡਿਜ਼ਾਸਟਰ ਹੋਣਾ ਕਈ ਵਾਰ ਕਿਸੇ ਏਰੀਆਸ ਦੇ ਵਿੱਚ ਦੇਖੋ ਕੀ ਹੁੰਦਾ ਜੀ ਕਿ ਜੇਕਰ ਨੈਚੁਰਲ ਡਿਜ਼ਾਸਟਰ ਆ ਜਾਂਦੇ ਆ ਤਾਂ ਇਟ ਮੀਨਸ ਕੀ ਹੁੰਦਾ ਉਸ ਏਰੀਆ ਦੇ ਵਿੱਚ ਫਸਲ ਖਰਾਬ ਹੋ ਜਾਂਦੀ ਹੈ ਜੇਕਰ ਉੱਥੇ ਕੋਈ ਫਰੂਟਸ ਲੱਗੇ ਹੋਏ ਆ ਤਾਂ ਸਾਰੇ ਫਰੂਟਸ ਖਰਾਬ ਹੋ ਜਾਣਗੇ ਤਾਂ ਇਟ ਮੀਨਸ ਕੀ ਹੋਊਗਾ ਉਹਨਾਂ ਦਾ ਜਿਹੜਾ ਪ੍ਰਾਈਸ ਆ ਉਹ ਆਟੋਮੈਟਿਕਲੀ ਇਨਕਰੀਜ਼ ਹੋਣਾ ਸ਼ੁਰੂ ਕਰ ਦੇਗਾ ਜਾਂ ਜੇਕਰ ਗਵਰਨਮੈਂਟ ਕਿਸੇ ਕਾਮੋਡਿਟੀ ਤੇ ਟੈਕਸ ਜ਼ਿਆਦਾ ਲਾ ਦਿੰਦੀ ਹੈ ਜੇਕਰ ਪਹਿਲਾਂ ਕਿਸੇ ਕਾਮੋਡਿਟੀ ਦਾ ਪ੍ਰਾਈਸ 100 ਰੁਪਏ ਸੀ ਔਰ ਗਵਰਨਮੈਂਟ ਨੇ 18% ਜੀਐਸਟੀ ਲਾ ਕੇ ਉਹਦਾ ਪ੍ਰਾਈਸ ਇਨਕਰੀਜ਼ ਕਰਤਾ 118 ਰੁਪਏ ਤਾਂ ਉਹਦੇ ਕਰਕੇ ਵੀ ਕੀ ਹੋਊਗਾ ਇਨਫਲੇਸ਼ਨ ਵਧਣੀ ਸ਼ੁਰੂ ਹੋ ਜਾਊਗੀ ਅਦਰ ਜਿਹੜੇ ਰੀਜ਼ਨ ਹੁੰਦੇ ਹੋ ਐਕਸਚੇਂਜ ਰੇਟ ਦੇ ਹੁੰਦੇ ਆ ਜੀ ਐਕਸਚੇਂਜ ਰੇਟ ਦਾ ਮੀਨਿੰਗ ਕੀ ਹੁੰਦਾ ਹੈਗਾ ਜਿਵੇਂ ਪਹਿਲਾਂ ਆਪਾਂ ਦੇਖਦੇ ਆ ਕਿ 1 ਡਾਲਰ ਦੇ ਵਿੱਚ 1 ਡਾਲਰ ਦੇ ਵਿੱਚ 70 ਰੁਪਏ ਸੀ ਐਂਡ ਹੁਣ 1 ਡਾਲਰ ਦੇ ਵਿੱਚ ਕਿੰਨੇ ਹੋ ਗਏ 80 ਰੁਪਏ ਹੋ ਗਏ ਤਾਂ ਇਹਦੇ ਕਰਕੇ ਜੋ ਕਮੋਡਿਟੀਜ਼ ਆਪਣੀਆਂ ਬਾਹਰ ਤੋਂ ਆਪਾਂ ਨੂੰ ਇੰਪੋਰਟ ਕਰਨੇ ਪੈਂਦੀਆਂ ਉਹਨਾਂ ਦੇ ਪ੍ਰਾਈਸ ਤੇ ਵੀ ਅਸਰ ਪਊਗਾ ਹੁਣ ਦੇਖਦੇ ਆਂ ਆਪਾਂ 인ਫਲੇਸ਼ਨ ਨੂੰ ਮੈਜ਼ਰ ਕਿਵੇਂ ਕੀਤਾ ਜਾਂਦਾ ਹੈ 인ਫਲੇਸ਼ਨ ਨੂੰ ਮੈਜ਼ਰ ਦੇਖੋ CPI ਦੇ ਨਾਲ ਕੀਤਾ ਜਾਂਦਾ ਹੈ WPI ਨਾਲ ਕੀਤਾ ਜਾਂਦਾ ਪ੍ਰੋਡਿਊਸਰ PPI ਨਾਲ ਕੀਤਾ ਜਾਂਦਾ ਔਰ GDP ਡੀਫਲੇਟਰ ਨਾਲ ਕੀਤਾ ਜਾਂਦਾ ਆਹ ਕਨਸੈਪਟ ਆਪਾਂ ਫਰਸਟ ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ ਜੋ ਪ੍ਰੀਵियस ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ ਹੁਣ ਆਪਾਂ ਦੇਖਦੇ ਹਾਂ CPI ਦੇ ਬਾਰੇ CPI ਦੀ ਫੁੱਲ ਫਾਰਮ ਹੁੰਦੀ ਹੈ ਜੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਇਹਦਾ ਬੇਸ ਈਅਰ 2011 2012 ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇਖੋ ਹੁੰਦਾ ਕੀ ਹੈ ਜੀ weighted average of prices of a basket of consumer goods and services dekho weighted average and basket and consumer goods and services dekho weighted average ਦਾ मीनिंग ਕੀ ਹੁੰਦਾ ਕਿ ਜੋ ਜੋ ਵੀ ਕਮੋਡਿਟੀਆਂ ਹੁੰਦੀਆਂ ਜੋ ਸਿਲੈਕਟ ਕੀਤੀ ਜਾਂਦੀਆਂ ਉਹਨਾਂ ਨੂੰ weight ਦੇ ਦਿੰਦੇ ਆ ਜਿਵੇਂ ਸਪੋਜ਼ ਕਰੋ ਇੱਕ ਇੱਕ ਬਾਸਕਟ ਦੇ ਵਿੱਚ 1 2 3 4 5 ਕਮੋਡਿਟੀਜ਼ ਰੱਖੀਆਂ ਹੋਈਆਂ ਐਂਡ ਉਹਨਾਂ ਨੂੰ ਟੋਟਲ ਵੇਟੇਜ 100 ਦੇਣੀ ਆ ਤਾਂ ਉਸ ਨੂੰ ਯੂਜਸ ਦੇ ਹਿਸਾਬ ਨਾਲ ਇਟ ਮੀਨਸ ਕਿ ਕੰਜ਼ਿਊਮਰ ਕਿਸੇ ਕਮੋਡਿਟੀ ਨੂੰ ਕਿੰਨਾ ਯੂਜ਼ ਕਰ ਰਿਹਾ ਉਹਦੇ ਅਕੋਰਡਿੰਗ ਵੇਟ ਦੇ ਦਿੰਦੇ ਐ ਜਿਵੇਂ ਸਪੋਜ਼ ਕਰੋ ਇਹਨੂੰ 20 ਵੇਟ ਦਿੱਤਾ ਇਹਨੂੰ 25 ਵੇਟ ਦਿੱਤਾ ਇਹਨੂੰ 35 ਵੇਟ ਦਿੱਤਾ ਐਂਡ ਬਾਕੀ ਜਿਹੜੀਆਂ ਕਮੋਡਿਟੀਜ਼ 2 ਰਹਿ ਗਈਆਂ ਉਹਨਾਂ ਨੂੰ ਅਕੋਰਡਿੰਗਲੀ ਵੇਟ ਦਿੱਤਾ ਜੋਥੇ ਬਾਸਕਟ ਦੀ ਗੱਲ ਕਰ ਰਹੇ ਆ ਜੀ ਕਿ ਜੋ ਗੁੱਡਜ਼ ਹੁੰਦੀਆਂ ਉਹ ਸਿਲੈਕਟ ਕੀਤੀਆਂ ਜਾਂਦੀਆਂ ਜਿਵੇਂ ਸਪੋਜ਼ ਕਰੋ ਇੱਕ ਆਪਣੇ ਕੋਲ ਟੋਕਰੀ ਆ ਇੱਕ ਟੋਕਰੀ ਦੇ ਵਿੱਚ ਆਪਾਂ ਕਿੰਨੀਆਂ ਚੀਜ਼ਾਂ ਪਾ ਸਕਦੇ ਆ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਕਾਮੋਡਿਟੀਜ਼ ਅਵੇਲੇਬਲ ਆ ਲੇਕਿਨ ਉਹ ਸਾਰੀਆਂ ਕਾਮੋਡਿਟੀਜ਼ ਸੀਪੇਜ ਦੇ ਲਈ ਯੂਜ਼ ਨਹੀਂ ਕੀਤੀਆਂ ਜਾਂਦੀਆਂ ਚੁਣਿੰਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਯੂਜ਼ ਕੀਤੀਆਂ ਜਾਂਦੀਆਂ ਐਂਡ ਜੋ ਥਰਡ ਥਿੰਗ ਹੈਗੀ ਉਹ ਹੈਗੇ ਜੀ ਕੰਜ਼ਿਊਮਰ ਗੁੱਡਜ਼ ਕੰਜ਼ਿਊਮਰ ਤੇ ਕੈਪੀਟਲ ਗੁੱਡਜ਼ ਦੇ ਵਿੱਚ ਡਿਫਰੈਂਸ ਉਹ ਆਪਾਂ ਪ੍ਰੀਵਿਅਸ ਵੀਡੀਓ ਸੀਗੀ ਉਹ ਚ ਡਿਸਕਸ ਕਰ ਚੁੱਕੇ ਆ ਦੇਖੋ ਤੁਸੀਂ ਨਿਊਜ਼ ਦੇ ਵਿੱਚ ਕਈ ਵਾਰ ਸੁਣਿਆ ਹੋਣਾ ਕਿ ਗਵਰਨਮੈਂਟ ਵੱਲੋਂ ਜੋ ਡੀਏ ਆ ਗਵਰਨਮੈਂਟ EMPLOYEES ਦਾ ਉਹ 6% ਦਾ ਇਨਕਰੀਸ ਕਰਤਾ ਜਾਂ ਉਹ 10% ਦਾ ਇਨਕਰੀਸ ਕਰਤਾ ਤਾਂ ਜੋ ਉਹ ਡੀਏ ਇਨਕਰੀਸ ਹੁੰਦਾ ਉਹ CPI ਦੇ ਬੇਸਿਸ ਤੇ ਇਨਕਰੀਸ ਹੁੰਦਾ ਜੇਕਰ ਗਵਰਨਮੈਂਟ ਨੂੰ ਲੱਗ ਰਿਹਾ ਕਿ ਇਨਫਲੇਸ਼ਨ ਦੇ ਕਰਕੇ ਜਿਹੜੇ CPI ਆ ਉਹਦੇ ਵਿੱਚ ਫਰਕ ਪੈ ਰਿਹਾ ਤਾਂ ਡੀਏ ਦੇ ਵਿੱਚ ਵੀ ਫਰਕ ਪਰਤਾ ਜਾਂਦਾ ਦੇਖੋ CPI ਦੀਆਂ 6 ਟਾਈਪਸ ਹੁੰਦੀਆਂ ਜੀ CPI ਕੰਬਾਈਨਡ CPI ਰੂਰਲ CPI ਅਰਬਨ CPI ਐਗਰੀਕਲਚਰ ਲੇਬਰਰ CPI ਰੂਰਲ ਲੇਬਰਰ ਐਂਡ CPI ਇੰਡਸਟਰੀਅਲ ਵਰਕਰ ਜੋ CPI ਕੰਬਾਈਨਡ ਆ ਦੇਖੋ ਉਹਨੂੰ ਹੈਡਲਾਈਨ ਇਨਫਲੇਸ਼ਨ ਵੀ ਕਹਿੰਦੇ ਆ ਦੇਖੋ ਇਸ ਨੂੰ ਪਹਿਲਾਂ CSO ਦੇ ਦੁਆਰਾ ਪਬਲਿਸ਼ ਕੀਤਾ ਜਾਂਦਾ ਸੀ ਲੇਕਿਨ ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਦੱਸ ਚੁੱਕੇ ਆ ਕਿ CPI ਨੂੰ ਹੁਣ ਮਰਜ ਕਰ ਦਿੱਤਾ ਗਿਆਗਾ NS O ਦੇ ਵਿੱਚ ਸੋ ਐਨਐਸਓ ਦੇ ਦੁਆਰਾ ਹੁਣ ਸੀਪੀਆਈ ਹੈੱਡਲਾਈਨ ਸੀਪੀਆਈ ਰੂਰਲ ਐਂਡ ਸੀਪੀ ਅਰਬਨ ਨੂੰ ਪਬਲਿਸ਼ ਕੀਤਾ ਜਾਂਦਾ ਜੋ ਰੈਸਟ ਆਫ 3 ਸੀਪੀਆਈਸ ਨੇ ਉਹਨਾਂ ਨੂੰ ਲੇਬਰ ਬਿਊਰੋ ਦੇ ਦੁਆਰਾ ਪਬਲਿਸ਼ ਕੀਤਾ ਜਾਂਦਾ ਹੁਣ ਤੁਹਾਡਾ ਹੋਮਵਰਕ ਇਹ ਆ ਤੁਸੀਂ ਇਹ ਦੇਖਣਾ ਕਿ ਲੇਬਰ ਬਿਊਰੋ ਕਿਹੜੇ ਮਿਨਿਸਟਰੀ ਦੇ ਅੰਡਰ ਹੈ ਦੇਖੋ ਇਹਦੇ ਵਿੱਚ ਬੇਸ ਈਅਰ ਬਹੁਤ ਇੰਪੋਰਟੈਂਟ ਹੈ ਜੀ ਉਹ ਤੁਸੀਂ ਧਿਆਨ ਨਾਲ ਕਰ ਲੈਣਾ 2011 2012 ਐਂਡ ਜੋ ਸੀਪੀਆਈ ਇੰਡਸਟਰੀਅਲ ਵਰਕਰ ਆ ਉਹਦਾ ਬੇਸ ਈਅਰ ਹੈਗਾ 2016 ਜੋ ਕਿ ਰੀਸੈਂਟਲੀ ਹੀ ਚੇਂਜ ਕੀਤਾ ਗਿਆ ਸੀ ਐਂਡ ਇਸ ਨੂੰ ਰਿਲੀਜ਼ ਕੀਤਾ ਜਾਂਦਾ ਹੈ ਮੰਥਲੀ ਲੈਵਲ ਤੇ ਨੈਕਸਟ ਗੱਲ ਕਰਦੇ ਆਂ ਆਪਾਂ ਡਬਲਯੂਪੀਆਈ ਡਬਲਯੂਪੀਆਈ ਦਾ ਫੁੱਲ ਫਾਰਮ ਹੈਗੀ ਹੈ ਜੀ ਹੋਲ ਸੇਲ ਪ੍ਰਾਈਸ ਇੰਡੈਕਸ ਦੇਖੋ ਹੋਲ ਸੇਲ ਦਾ ਮੀਨਿੰਗ ਕੀ ਹੁੰਦਾ ਹੈਗਾ ਜੋ ਕਾਮੋਡਿਟੀਜ਼ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਕਿਸੇ ਦੁਕਾਨਦਾਰ ਤੋਂ ਉਹ ਹੁੰਦੀ ਜੀ ਰੀਟੇਲ ਉਹ ਆਪਾਂ ਨੂੰ ਰੀਟੇਲ ਤੇ ਮਿਲਦੀਆਂ ਲੇਕਿਨ ਉਹ ਦੁਕਾਨਦਾਰ ਵੀ ਤਾਂ ਕਿਸੇ ਤੋਂ ਲੈਂਦਾ ਹੀ ਹੋਊਗਾ ਸੋ ਉਹ ਦੁਕਾਨਦਾਰ ਜਦੋਂ ਬਲਕ ਦੇ ਵਿੱਚ ਉਹ ਗੁੱਡਸ ਨੂੰ ਪਰਚੇਜ਼ ਕਰਦਾ ਤਾਂ ਉਹਨੂੰ ਆਪਾਂ ਕੀ ਨਾਮ ਦਿੰਦੇ ਹਾਂ ਜੀ ਹੋਲ ਸੇਲ ਦਾ ਸੋ ਡਬਲਯੂ ਪੀਏ ਟ੍ਰੈਕਸ ਇਨਫਲੇਸ਼ਨ ਫਾਰ ਬਲਕ ਸੇਲ ਬਲਕ ਸੇਲ ਦਾ ਮੇਰੀ ਦੇਖੋ ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕਿਆ ਦੇਖੋ ਇੱਕ ਗੱਲ ਦਾ ਧਿਆਨ ਰੱਖਣਾ ਡਬਲਯੂ ਪੀ ਦੇ ਡਬਲਯੂ ਪੀਆਈ ਦੇ ਵਿੱਚ ਸਿਰਫ ਹੋਲ ਸੇਲ ਗੁੱਡਸ ਨੂੰ ਹੀ ਕੰਸੀਡਰ ਕੀਤਾ ਜਾਂਦਾ ਸਰਵਿਸਿਜ਼ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ ਐਂਡ ਇਸ ਨੂੰ ਪਬਲਿਸ਼ ਕੀਤਾ ਜਾਂਦਾ ਬਾਈ ਆਫਿਸ ਆਫ ਇਕਨੋਮਿਕ ਐਡਵਾਈਜ਼ਰ which is under ministry of commerce and industry ਐਂਡ ਇਹਦਾ ਬੇਸイヤー ਹੈਗਾ 2011 12 ਇਹਦੇ ਤਿੰਨ ਮੇਜਰ ਗਰੁੱਪਸ ਨੇ ਜੀ ਪ੍ਰਾਇਮਰੀ ਆਰਟੀਕਲਸ ਫਿਊਲ ਐਂਡ ਪਾਵਰ ਐਂਡ ਮੈਨੂਫੈਕਚਰਿੰਗ ਇਹਨੂੰ ਦੇਖੋ ਵੀਕਲੀ ਪਬਲਿਸ਼ ਕੀਤਾ ਜਾਂਦਾ ਐਂਡ ਮੰਥਲੀ ਵੀ ਪਬਲਿਸ਼ ਕੀਤਾ ਜਾਂਦਾ ਇੱਕ ਦੇਖੋ ਇੱਕ ਸਟਾਰ ਪੁਆਇੰਟ ਤੁਸੀਂ ਧਿਆਨ ਚ ਰੱਖਣਾ ਹੋਲ ਸੇਲ ਫੂਡ ਪ੍ਰਾਈਸ ਇੰਡੈਕਸ ਏ ਪਬਲਿਸ਼ ਕੀਤਾ ਜਾਂਦਾ ਸੀ ਐਨਐਸਓ ਦੇ ਦੁਆਰਾ ਇਹਦੇ ਵਿੱਚ ਕੀ ਹੁੰਦਾ ਦੇਖੋ ਜੋ ਫੂਡ ਆਰਟੀਕਲਸ ਐਸ ਪ੍ਰਾਇਮਰੀ ਆਰਟੀਕਲਸ ਦੇ ਅੰਡਰ ਆਉਂਦੇ ਆ ਦੇਖੋ ਇਸ ਪ੍ਰਾਇਮਰੀ ਆਰਟੀਕਲ ਦੇ ਅੰਡਰ ਕਾਫੀ ਆਈਟਮਸ ਆ ਜਾਂਦੀਆਂ ਐਂਡ ਉਹਨਾਂ ਆਈਟਮਸ ਦਾ ਪਾਰਟੀ ਹੁੰਦੇ ਨੇ ਫੂਡ ਆਰਟੀਕਲਸ ਸੋ ਜੋ ਹੋਲਸੇਲ ਪ੍ਰਾਈਸ ਇੰਡੈਕਸ ਹੈਗਾ ਜੀ ਦੇਖੋ ਇਹਦੇ ਵਿੱਚ ਫੂਡ ਆਰਟੀਕਲਸ ਜਿਹੜੇ ਕਿ ਪ੍ਰਾਇਮਰੀ ਆਰਟੀਕਲ ਆਫ ਡਬਲਯੂਪੀਆਈ ਨੂੰ ਬਿਲੋਂਗ ਕਰਦੇ ਆ ਐਂਡ ਫੂਡ ਪ੍ਰੋਡਕਟਸ ਜੋ ਕਿ ਮੈਨੂਫੈਕਚਰਿੰਗ ਪਾਰਟ ਨੂੰ ਬਿਲੋਂਗ ਕਰਦੇ ਜਿਸ ਤਰ੍ਹਾਂ ਪ੍ਰਾਇਮਰੀ ਆਰਟੀਕਲਸ ਦੇ ਵੀ ਦੇਖੋ ਕਾਫੀ ਸਬ ਟਾਈਪਸ ਨੇ ਅੱਗੇ ਉਸੇ ਤਰ੍ਹਾਂ ਮੈਨੂਫੈਕਚਰਿੰਗ ਦੇ ਵਿੱਚ ਵੀ ਅੱਗੇ ਕਾਫੀ ਜਿਹੜੀਆਂ ਹੈਗੀਆਂ ਕਾਮੋਡਿਟੀਜ਼ ਆ ਜਾਂਦੀਆਂ ਸੋ ਫੂਡ ਪ੍ਰੋਡਕਟਸ ਜੋ ਮੈਨੂਫੈਕਚਰਿੰਗ ਆਫ ਡਬਲਯੂ ਪੀ ਆਈ ਨੂੰ ਬਿਲੋਂਗ ਕਰਦੇ ਆ ਐਂਡ ਫੂਡ ਆਰਟੀਕਲਸ ਜੋ ਪ੍ਰਾਇਮਰੀ ਆਰਟੀਕਲ ਆਫ ਡਬਲਯੂ ਪੀ ਆਈ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਕੰਬਾਈਨ ਕਰਕੇ ਕੀ ਬਣਦਾ ਹੋਲ ਸੇਲ ਫੂਡ ਪ੍ਰਾਈਸ ਇੰਡੈਕਸ ਐਂਡ ਉਹਨੂੰ ਕੌਣ ਰਿਲੀਜ਼ ਕਰਦਾ ਜੀ ਐਨਐਸਓ ਰਿਲੀਜ਼ ਕਰਦਾ ਨੈਕਸਟ ਹੈਗਾ ਜੀ ਪ੍ਰੋਡਿਊਸਰ ਪ੍ਰਾਈਸ ਇੰਡੈਕਸ ਪ੍ਰੋਡਿਊਸਰ ਪ੍ਰਾਈਸ ਇੰਡੈਕਸ ਦੇਖੋ ਮੋਨੀਟਰ ਕਰਦਾ ਹੈਗਾ ਪ੍ਰਾਈਸ ਚੇਂजेस ਇਨ ਪ੍ਰੋਡਕਸ਼ਨ ਪ੍ਰੋਸੈਸ ਦੇਖੋ ਜਿੱਥੋਂ ਚੀਜ਼ਾਂ ਪ੍ਰੋਡਿਊਸ ਹੋ ਕੇ ਆ ਰਹੀਆਂ ਨੇ ਜਦੋਂ ਆਪਾਂ ਉਸ ਲੈਵਲ ਤੇ ਕਾਮੋਡਿਟੀਆਂ ਦੇ ਪ੍ਰਾਈਸ ਨੂੰ ਮੈਜ਼ਰ ਕਰਾਂਗੇ ਤਾਂ ਉਸ ਇੰਡੈਕਸ ਨੂੰ ਕੀ ਨਾਮ ਦਿੱਤਾ ਜਾਊਗਾ ਪ੍ਰੋਡਿਊਸਰ ਪ੍ਰਾਈਸ ਇੰਡੈਕਸ ਨੈਕਸਟ ਹੈਗਾ ਜੀ ਹਾਊਸਿੰਗ ਪ੍ਰਾਈਸ ਇੰਡੈਕਸ ਇਹ ਦੇਖੋ ਰੈ residențial ਪ੍ਰੋਪਰਟੀਆਂ ਦੇ ਪ੍ਰਾਈਸਸ ਨੂੰ ਮੈਜ਼ਰ ਕਰਦਾ ਇਹਨੂੰ ਨੈਸ਼ਨਲ ਹਾਊਸਿੰਗ ਬੈਂਕ ਦੇ ਦੁਆਰਾ ਰਿਲੀਜ਼ ਕੀਤਾ ਜਾਂਦਾ ਇਨਫਲੇਸ਼ਨ ਬੈਨੀਫਿਟਸ ਬੋਰੋਅਰਸ ਐਂਡ ਲਾਸ ਟੂ ਲੈਂਡਰਸ ਇਸ ਕਨਸੈਪਟ ਨੂੰ ਮੈਂ ਤੁਹਾਨੂੰ ਪਹਿਲੇ ਸਮਝਾ ਚੁੱਕਿਆ ਨੋਮੀਨਲ ਇੰਟਰੈਸਟ ਰੇਟ ਦੇਖੋ ਨੋਮੀਨਲ ਇੰਟਰੈਸਟ ਰੇਟ ਕੀ ਹੋਊਗਾ ਰੀਅਲ ਇੰਟਰੈਸਟ ਰੇਟ ਪਲੱਸ ਇਨਫਲੇਸ਼ਨ ਰੇਟ ਦੇਖੋ ਇਸ ਕਨਸੈਪਟ ਨੂੰ ਜੋ ਮੈਂ ਤੁਹਾਨੂੰ ਇੱਥੇ ਲੈਂਡਰ ਐਂਡ ਬੋਰੋਅਰ ਦੇ ਕਨਸੈਪਟ ਨੂੰ ਸਮਝਾਇਆ ਸੀ ਉਹ ਨਾਲ ਰਿਲੇਟ ਕਰਕੇ ਚੰਗੀ ਤਰ੍ਹਾਂ ਤੁਸੀਂ ਸਮਝਣਾ ਉਸ ਐਗਜ਼ਾਮਪਲ ਚ ਆਪਾਂ ਦੇਖਿਆ ਸੀ ਕਿ 10 ਲੱਖ ਰੁਪਏ ਦਾ ਵਿਆਜ 2 ਲੱਖ ਰੁਪਏ ਬਣ ਰਿਹਾ ਸੀ ਇਟ ਮੀਨਸ ਕਿ ਉਸ ਬੋਰੋਅਰ ਨੇ 12 ਲੱਖ ਰੁਪਏ ਨੂੰ ਵਾਪਸ ਕਰਨੇ ਸੀ ਦੇਖੋ ਇਸ ਕਨਸੈਪਟ ਨੂੰ ਵੀ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਸਪੋਜ਼ ਕਰੋ ਕਿ ਬੈਂਕ ਤੁਹਾਨੂੰ ਕਿਸੇ ਪੈਸੇ ਦੇ ਲਈ 7% ਇੰਟਰਸਟ ਪੇ ਕਰ ਰਿਹਾ ਹੈ ਲੇਕਿਨ ਇਕਨੋਮੀ ਦੇ ਵਿੱਚ ਇੰਟਰਸਟ ਰੇਟ ਕਿੰਨਾ ਚੱਲ ਰਿਹਾ ਹੈ ਸੌਰੀ ਇਕਨੋਮੀ ਦੇ ਵਿੱਚ ਇਨਫਲੇਸ਼ਨ ਰੇਟ ਕਿੰਨਾ ਚੱਲ ਰਿਹਾ ਹੈ 4% ਸੋ ਜੋ ਤੁਹਾਡਾ ਰੀਅਲ ਇੰਟਰਸਟ ਰੇਟ ਹੋਊਗਾ ਉਹ ਜੋ ਤੁਹਾਨੂੰ ਬੈਂਕ ਆਫਰ ਕਰ ਰਿਹਾ ਔਰ ਜੋ ਆਪਾਂ ਇਨਫਲੇਸ਼ਨ ਨੂੰ ਮਾਈਨਸ ਕਰ ਦੇਣਾ ਸੋ ਦੈਟ ਵਿਲ ਬੀ 3% 3% ਜਿਹੜਾ ਹੋਊਗਾ ਉਹ ਤੁਹਾਡਾ ਕੀ ਹੋਊਗਾ ਰੀਅਲ ਇੰਟਰਸਟ ਰੇਟ ਹੋਊਗਾ ਐਂਡ ਜੋ 7% ਜੋ ਆਪ ਨੂੰ ਬੈਂਕ ਆਫਰ ਕਰ ਰਿਆ ਸੀ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਨੋਮੀਨਲ ਇੰਟਰਸਟ ਰੇਟ ਕਹਿ ਦਿੰਨੇ ਆ ਨੈਕਸਟ ਇੰਪੋਰਟੈਂਟ ਹੈਗਾ ਫਿਲਿਪਸ ਕਰਵ ਫਿਲਿਪਸ ਕਰਵ ਦੇਖੋ ਆਪਾਂ ਨੂੰ ਕੀ ਦੱਸਦੀ ਹੈ ਜੀ ਇਨਫਲੇਸ਼ਨ ਤੇ ਅਨਇੰਪਲੋਇਮੈਂਟ ਦੇ ਕਨਸੈਪਟ ਦੇ ਵਿਚਾਲੇ ਰਿਲੇਸ਼ਨ ਨੂੰ ਡਿਫਾਈਨ ਕਰਦੀ ਹੈ ਫਿਲਿਪਸ ਕਰਵ ਇਹ ਕਹਿੰਦੀ ਹੈ ਕਿ ਜੇਕਰ ਇਨਫਲੇਸ਼ਨ ਜ਼ਿਆਦਾ ਹੋਊਗੀ ਤਾਂ ਅਨਇੰਪਲੋਇਮੈਂਟ ਕੀ ਹੋਊਗਾ ਡਿਕਰੀਸ ਹੋਊਗੀ ਐਂਡ ਇਹ ਕਿਵੇਂ ਡਿਕਰੀਸ ਹੋਊਗਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕਿਆ ਨੈਕਸਟ ਵਨ ਹੈਗਾ ਜੀ ਗਿਨੀ ਕੋਫੀਸ਼ੀਐਂਟ ਗਿਨੀ ਕੋਫੀਸ਼ੀਐਂਟ ਦੇਖੋ ਇਨ ਇਕਵੈਲਿਟੀ ਨਾਲ ਰਿਲੇਟਡ ਹੈ ਇਨਕਮ ਇਨ ਇਕਵੈਲਿਟੀਸ ਨਾਲ ਐਂਡ ਇੱਕ ਇਹਦੇ ਨਾਲ ਹੀ ਲੋਰੈਂਜ ਕਰਵ ਵੀ ਰਿਲੇਟਡ ਹੈ ਦੇਖੋ ਤੁਸੀਂ ਦੇਖ ਰਹੇ ਹੋ ਆਪਨੇ ਕੋਲ ਐਕਸ ਐਕਸਿਸ ਆ ਆਪਨੇ ਕੋਲ ਵਾਈ ਐਕਸਿਸ ਹੈ ਠੀਕ ਹੈ ਆ ਦੇਖੋ ਲੋਰੈਂਜ ਕਰਵ ਆ ਰਹੀ ਹੈ ਐਂਡ ਜੋ ਆ 45 ਡਿਗਰੀ ਐਂਗਲ ਦੇ ਉੱਪਰ ਆ ਲਾਈਨ ਜਾ ਰਹੀ ਹੈ ਇਟ ਇਜ਼ ਕਾਲਡ ਲਾਈਨ ਆਫ ਇਕਵੈਲਿਟੀ ਦੇਖੋ ਜਿੰਨੀ ਲੋਰੈਂਸ ਕਰਵ ক্লোਜ਼ਰ ਟੂ ਜ਼ੀਰੋ ਹੋਊਗੀ ਓਨੇ ਇਕਵੈਲਿਟੀ ਹੋਊਗੀ ਦੇਖੋ ਜਿੰਨੀ ਜਿੰਨਾ ਇਹਨਾਂ ਦੋਨਾਂ ਦੇ ਵਿਚਾਲੇ ਗੈਪ ਘਟੂਗਾ ਜਿੰਨਾ ਜਿੰਨਾ ਆਹ ਗੈਪ ਘਟ ਤੋਂ ਘਟ ਹੋਊਗਾ ਓਨਾ ਹੀ ਜਿਹੜੀ ਇਕਨੋਮੀ ਦੇ ਵਿੱਚ ਇਕਵੈਲਿਟੀ ਹੋਊਗੀ ਦੇਖੋ ਜੇ ਇਸ ਤਰ੍ਹਾਂ ਘਟ ਰਹੀ ਆ ਇਟ ਮੀਨਸ ਇਕਨੋਮੀ ਦੇ ਵਿੱਚ ਇਕਵੈਲਿਟੀ ਹੈ ਜੇ ਇਸ ਤਰ੍ਹਾਂ ਘਟ ਬਣ ਰਹੀ ਆ ਇਟ ਮੀਨਸ ਇਕਵੈਲਿਟੀ ਘਟ ਰਹੀ ਹੈ ਜੇਕਰ ਇਸ ਤਰ੍ਹਾਂ ਹੋ ਰਹੀ ਹੈ ਇਟ ਮੀਨਸ ਇਕਨੋਮੀ ਵਿੱਚ ਮੋਰ ਇਨ ਇਕਵੈਲਟੀ ਹੋ ਰਹੀ ਹੈ ਇਟ ਮੀਨਸ ਕਿ ਜਿੰਨਾ ਆ ਡਿਫਰੈਂਸ ਘੱਟ ਤੋਂ ਘੱਟ ਹੋਊਗਾ ਉਨੀ ਹੀ ਇਕਨੋਮੀ ਦੇ ਵਿੱਚ ਇਕਵੈਲਟੀ ਕੀ ਹੋਊਗੀ ਜ਼ਿਆਦਾ ਹੋਊਗੀ ਨੈਕਸਟ ਐਂਡ ਲਾਸਟ ਵਨ ਜਿਹੜਾ ਹੈਗਾ ਜੀ ਉਹ ਹੈਗਾ ਸ਼ੂ ਲੈਦਰ ਕੋਸਟ ਦੇਖੋ ਇਸ ਗੱਲ ਤਾਂ ਆਪ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਏ ਇਨਫਲੇਸ਼ਨ ਦੇ ਨਾਲ ਜਿਹੜੀ ਵੈਲਿਊ ਆਫ ਮਨੀ ਹੈ ਉਹ ਕੀ ਹੁੰਦੀ ਹੈ ਰਿਡਿਊਸ ਹੁੰਦੀ ਹੈ ਦੇਖੋ ਜੇਕਰ ਇਨਫਲੇਸ਼ਨ ਜ਼ਿਆਦਾ ਹੋਊਗੀ ਤਾਂ ਇਟ ਮੀਨਸ ਕੀ ਹੋਊਗਾ ਵੈਲਿਊ ਆਫ ਮਨੀ ਕੀ ਹੋਊਗੀ ਲੋਅਰ ਹੋਊਗੀ ਇਟ ਮੀਨਸ ਕੀ ਹੋਊਗਾ ਲੋਕ ਘੱਟ ਤੋਂ ਘੱਟ ਪੈਸਾ ਆਪਣੇ ਕੋਲ ਰੱਖਣਗੇ ਐਂਡ ਲੋਕ ਜਿਆਦਾਤ ਜਿਆਦਾ ਪੈਸਾ ਕਰਨਗੇ ਬੈਂਕ ਜਮਾ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਬਿਕੋਜ਼ ਜਿੰਨਾ ਪੈਸਾ ਆਪਣੇ ਹੱਥ ਦੇ ਵਿੱਚ ਹੁੰਦਾ ਉਹਨਾਂ ਪੈਸਾ ਬਹੁਤ ਜ਼ਿਆਦਾ ਖਰਚਿਆ ਜਾਂਦਾ ਸੋ ਜੇਕਰ ਜਿੰਨਾ ਪੈਸਾ ਬੈਂਕ ਦੇ ਵਿੱਚ ਹੋਊਗਾ ਇਟ ਮੀਨਸ ਇਹ ਹੈ ਕਿ ਆਪਾਂ ਨੂੰ ਵਾਰ-ਵਾਰ ਕਢਵਾਉਣ ਵਾਸਤੇ ਬੈਂਕ ਦੇ ਚੱਕਰ ਕੱਟਨੇ ਪੈਣਗੇ ਜਾਂ ਆਪਾਂ ਨੂੰ ਏਟੀਐਮ ਜਾਣਾ ਪਊਗਾ ਐਂਡ ਉੱਥੇ ਜਾਣਾ ਸਤੇ ਓਬਵੀਅਸ ਹੀ ਹੈ ਕਿ ਆਪਾਂ ਮੋਟਰਸਾਈਕਲ ਤੇ ਜਾਵਾਂਗੇ ਰਾਈਟ ਔਰ ਜੇ ਆਪ ਬੱਸ ਲੈ ਕੇ ਜਾਵਾਂਗੇ ਜੇਕਰ ਆਪਣੇ ਘਰ ਤੋਂ ਜ਼ਿਆਦਾ ਦੂਰੀ ਹੈ ਸੋ ਜੇਕਰ ਆਪ ਮੋਟਰਸਾਈਕਲ ਤੇ ਜਾਵਾਂਗੇ ਤੇ ਉੱਥੇ ਜਾਣ ਤੇ ਬਣਾ ਤੇਲ ਜਿਹੜਾ ਖਰਚਾ ਹੋਊਗਾ ਸੋ ਇਟ ਮੀਨਸ ਇਹ ਆਗੇ ਕਿ ਜਿੰਨਾ ਆਪਣੇ ਜ਼ਰਤ ਜ਼ਿਆਦਾ ਗੇੜੇ ਬੈਂਕ ਦੇ ਵਿੱਚ ਲੱਗਣਗੇ ਇਟ ਮੀਨਸ ਓਨਾ ਹੀ ਆਪਣੀਆਂ ਜੁੱਤੀਆਂ ਦੀ ਕਸਾਈ ਵੱਧ ਤੋਂ ਵੱਧ ਹੋਊਗੀ ਇਸੇ ਕਰਕੇ ਇਸ ਚੀਜ਼ ਨੂੰ ਕਹਿੰਦੇ ਆ ਸੂ ਲੈਦਰ ਕਾਸਟ ਇਟ ਮੀਨਸ ਕਿ ਜਦੋਂ ਇਨਫਲੇਸ਼ਨ ਹੋਊਗੀ ਤਾਂ ਸ਼ੂ ਲੈਦਰ ਕਾਸਟ ਵੀ ਜਿਹੜੀ ਹੈਗੀ ਆ ਇਕਨੋਮੀ ਚੱਲਣੀ ਪਊਗੀ ਸੋ ਇਹ ਸੀਗਾ ਜੀ ਇਨਫਲੇਸ਼ਨ ਦਾ ਕਨਸੈਪਟ ਸੋ ਮੈਂ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਸ ਕਨਸੈਪਟ ਦੇ ਬਾਰੇ ਚੰਗੀ ਤਰ੍ਹਾਂ ਸਮਝ ਲੱਗੀ ਹੋਣੀ ਹੈ ਐਂਡ ਇਫ ਐਨੀ ਵਨ ਹੈਜ਼ ਐਨੀ ਡਾਊਟ ਤਾਂ ਪਲੀਜ਼ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਰੇਜ਼ ਕਰੋ ਐਂਡ ਜੇਕਰ ਵੀਡੀਓ ਤੁਹਾਨੂੰ ਦੇਖੋ ਵਧੀਆ ਲੱਗੀ ਤਾਂ ਪਲੀਜ਼ ਆਪਣੇ ਐਪਰੀਸੀਏਸ਼ਨ ਦੇ ਕਮੈਂਟਸ ਵੀ ਜਰੂਰ ਦਿਓ ਸੋ ਥੈਟ ਕਿ ਮੈਨੂੰ ਪਤਾ ਲੱਗ ਸਕੇ ਹਾਂ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਰਿਹਾ ਜੇਕਰ ਨਹੀਂ ਵੀ ਸਮਝ ਆ ਰਿਹਾ ਜੇਕਰ ਤੁਹਾਨੂੰ ਲੱਗ ਰਿਹਾ ਕਿ ਕੋਈ ਕਨਸੈਪਟ ਹੈ ਵਧੀਆ ਵੀ ਨਾ ਐਕਸਪਲੇਨ ਨਹੀਂ ਕਰ ਸਕਿਆ ਤਾਂ ਪਲੀਜ਼ ਤੁਸੀਂ ਉਹ ਵੀ ਮੈਨੂੰ ਆਪਣੇ ਕਮੈਂਟ ਸ਼ੇਅਰ ਕਰੋ ਸੋ ਥੈਟ ਕਿ ਅੱਗੇ ਤੋਂ ਮੈਂ ਕੋਸ਼ਿਸ਼ ਕਰਾਂ ਕਿ ਮੈਂ ਤੁਹਾਨੂੰ ਵਰੇ ਤੋਂ ਵਰੇ ਤਰੀਕੇ ਨਾਲ ਹੋਰ ਐਕਸਪਲੇਨੇਸ਼ਨ ਆ ਸਮਝਾ ਸਕਾਂ ਸੋ ਥੈਟਸ ਆਲ ਫॉर ਟੂਡੇ ਥੈਂਕ ਯੂ